जी। हे माँ, देखो मैं टली की नहीं चीजें ले आई हूँ। वाह बे वाह। ए देखो, ए तोता, ए मैना, ए बाजा, एक होर भी चीज ले आंदी है। ओके, अखा बंद करो। हूं अखा खोल लो। लोकट, वाह वाह, कितना सोना है। ए मेरे वीर दे गले च पैर दी निशानी बन के रहेगी। सिकंदर, तू वो तोता है जिद च अम्मी तड़पी दी जान है, ते सीमा इस घर दी मैना है। सदा सलामत रवे वीर ते पैर दी जोड़ी, ते इस प्यार नू किसी दी नजर ना लगे, ते मां दी दुआ है। ਭੈਣ ਦਾ ਕਹਿਣਾ ਏ ਪਿਆਰ ਦੀ ਬੋਲੀ ਬੋਲੇ ਇੱਕ ਤੋਤਾ ਇੱਕ ਮੈਨਾ। ਪਿਆਰ ਦੀ ਬੋਲੀ ਬੋਲੇ ਇੱਕ ਤੋਤਾ ਇੱਕ ਮੈਨਾ। ਪਿਆਰ ਦੀ ਬੋਲੀ ਬੋਲੇ ਇੱਕ ਤੋਤਾ ਇੱਕ ਮੈਨਾ। ਕਾਹਦਾ ਸ਼ੋਰ ਹੈ? ਤੁਸੀਂ ਤੇ ਦਿਨੇ ਰਾਤੀ
ਪਹਿਲਾਂ ਚ ਗੁੰਮ ਰਹਿੰਦੇ ਹੋ। ਕੀ ਦੱਸਾਂ, ਕਲਰਕ ਚ ਹੋਇਆ ਤੁਹਾਨੂੰ ਪਤਾ ਹੀ ਨਹੀਂ, ਮੁਹੱਲੇ ਚ ਬੁਰਾਈ ਦਾ ਅੱਡਾ ਖੁੱਲ ਗਿਆ। ਸ਼ਹਿਰ ਦੇ ਲੁੱਚੇ ਲਫੰਗੇ ਇੱਥੇ ਆਉਂਦੇ ਨੇ, ਸੁਣਿਆ ਚੂਹਾ ਹੁੰਦਾ ਤੇ ਸਾਰੇ ਨਸ਼ੇ ਵਿਕਦੇ ਨੇ। ਸੋਚਣੀ ਆ ਸਾਡੇ ਬੱਚੇ ਇਸ ਬੁਰਾਈ ਦੀ ਆਗੇ ਚ। ਸਾਡੇ ਬੱਚੇ ਸੱਚ ਦੀ ਲਪੇਟ ਚ ਨਹੀਂ ਆਉਣਗੇ। ਮੈਂ ਥਾਣੇ ਜਾ ਕੇ ਸ਼ਿਕਾਇਤ ਕਰਾਂਗਾ, ਬੁਰਾਈ ਦਾ ਅੱਡਾ ਇੱਥੇ ਨਹੀਂ ਰਹੇਗਾ। Oh!
साहब साड़ी मां बाजे की ना हन बचा लो डॉक्टर साहब साला दुनिया तो कोई नहीं कोई नहीं ए दवाइयां रहा तेरी मां बाजे की दवाइयां दवाइयां लेने तो पैसे ले गया मेरी मां मर गई मैं दवाइयां ला दूं मेरी मां मर गई मैं दवाइयां ला दूं नस पुत्र ने मेरी मां मर गई मैं दवाइयां ला दूं ओए तुम्हारी मां नहीं गए ओ मैं दवाइयां ला दूं मेरी मां मर जाएगी मेरी मां मर जाएगी मेरी मां मर जाएगी उस मुखबर का पुत्र लगता है जिन्हों बॉस ने कत्ल कराया बिल्कुल ठीक है तैनू किन्ने पैसे चाहिए ने 50 रुपए आ मेरे नाल लो भाई इन 50 रुपए की जरूरत है बिल्कुल ठीक है रुपए असी दे देने हैं पर 1 रुपए की एक पैर खानी पेगी क्यों भाई मंजूर है मन मंजूर है मान लो चपेरा मान लो रब्बे वास्ते छेती ना अपनी चपेड़ा पूरियां कर लो नहीं तो मेरी मां मर जाएगी मेरी मां मर जाएगी की कसूर की थी बेटा कसूर नहीं किया मैं बीमार मां वास्ते दवाइयां लैनियां सी ते एक चपेर के बदले 1 रुपया देंदे ने खुदा का कुछ खौफ करो इंसानियत तू इस तरह जलील ना करो हां पुत्र अल्लाह पुत्र मां दिया दवाइयां ले जा
ਮਨ ਚ ਸੁਰਦਾ ਪੈਣਾ। ਸਾਡੇ ਮਾਂ ਪਿਓ ਮਾਰੇ ਗਏ ਨੇ, ਇਸ ਲਈ ਚੱਲ ਸੀਮਾ। ਪਰ ਸਾਡਾ ਸੀਮਾ ਸਿਰ ਤੇ ਆਸਮਾਨ ਰਹਿ ਗਿਆ ਏ, ਤੇ ਤਾਰਾ ਥਲੇ ਜ਼ਮੀਨ ਨੀ, ਸਮਾਨ ਕਿੱਥੇ ਰੱਖਾਂਗੇ? ਚੱਲ ਸੀਮਾ। ਭੁੱਖ ਲੱਗੀ, ਤੂੰ ਮੱਥਾ ਤੇ ਬੈਠ, ਮੈਂ ਤੇਰੇ ਵਾਸਤੇ ਹੁਣੇ ਕੁਝ ਨਾ ਕੁਝ ਲੈ ਕੇ ਆਉਣਾ। ਕਰ ਲੈ ਤੂੰ।
ਕਰੇ। ਤੂੰ ਆਪਣੇ ਚਾਚੇ ਦੀ ਸੁਣਾ, ਦੋ ਦਿਨਾਂ ਤੋਂ ਨਜ਼ਰ ਨਹੀਂ ਆਇਆ। ਉਹ ਤੇ ਸ਼ਹਿਰ ਨਾਲ ਇਸਲਾਮਾਬਾਦ ਗਿਆ ਹੈ। ਵੇਖ ਗਾਮੇ, ਪੂਰਾ ਤੋਲਿਆ ਕਰ, ਤੇਰੇ ਬੜੇ ਉਲਾਮੇ ਆਉਣ ਲੱਗ ਪਏ ਨੇ। ਨਹੀਂ ਤੇ ਹੈ ਦੁਕਾਨ ਖਾਲੀ ਕਰਾ ਕੇ ਮੰਨੇ ਛੋਲਿਆਂ ਨੂੰ ਦੇ ਦਿਆਂਗੇ। ਮੈਨੂੰ ਮਾਫ ਕਰ ਦੋ, ਅੱਜ ਤੋਂ ਬਾਅਦ ਤੁਹਾਨੂੰ ਸ਼ਿਕਾਇਤ ਨਹੀਂ ਮਿਲੇਗੀ। ਸਬਜ਼ੀ ਠੀਕ ਲਿਆ ਕਰ, ਮਾਸੀ ਰਹਿਮ ਤੇ ਦੱਸਦੀ ਸੀ ਕੱਲ ਤੇਰੀ ਗੋਭੀ ਚੋਂ ਕੀੜੇ ਨਿਕਲੇ ਸਨ। ਕਿਧਰੇ ਇਹ ਨਾ ਹੋਵੇ ਤੇਰੀ ਇਹ ਦੁਕਾਨ ਚੁੱਕੇ ਕਟਰੀ ਚੋਂ ਬਾਹਰ ਨਹੀਂ ਪੈ ਜਾਏ। ਤਾਂ ਸਕਦੇ ਹੋ ਮਾਲੂ ਜੋ ਮੁਲਾਕਾਤ। ਪਾਣੀ ਭਰਨ ਦੇ ਦੌਰਾਨ ਚਾਚੀ ਨਾਲ ਮੇਰੀ ਗੱਲ ਗੁਫ਼ਤਗੂ ਸੁਣ ਕੇ ਜਾਣ ਤੇ ਲਿਆਉਣ ਕਿ ਮੇਰਾ ਨਾਂ ਲਾਲੀ। ਕੱਲ ਦੀ ਥਾਂ ਜਦੋਂ ਮੇਰੀ ਮਾਂ ਹੋਈ, ਪਿਛਲੇ ਸਾਲ ਪਿਓ ਥਾਂ ਛੱਡ, ਇਹ ਕਠੜੀ ਮੇਰੇ ਚਾਚੇ ਦੀ ਮਾਲਿਕ ਮੈਂ ਗਲਾਇਆ ਕਰੇ ਕੋਈ ਗੱਲ ਹੈ ਪਹਿਲਾਂ। ਵੇ ਅੱਛੂ, ਤੇਰੇ ਮਗਰ ਕੌਣ ਲੱਗਿਆ ਹੈ? ਉਹ ਮੈਨੂੰ ਬਚਾ ਲੈ ਬਾਜੀ, ਮੈਨੂੰ ਮਾਰਨ ਆ ਰਹੇ ਨੇ। ਕੌਣ? ਬਾਜੀ ਜੀ, ਮੈਂ ਇਹਨਾਂ ਕੋਲ ਨੌਕਰੀ ਕੀਤੀ ਸੀ, ਇਹ ਮੈਨੂੰ ਕਹਿੰਦੇ ਸੀ ਕਿ ਹੀਰੋਇਨ ਸਪਲਾਈ ਕਰ, ਤੇ ਮੈਂ ਇਨਕਾਰ ਕਰ ਦਿੱਤਾ ਤੇ ਮੈਨੂੰ ਇਹਨਾਂ ਨੇ ਬੜਾ ਮਾਰਿਆ। ਉਹ ਦੇਖੋ, ਉਹ ਆ ਰਹੇ ਨੇ। ਤੁਹਾਡੇ ਮੂੰਹ ਤੇ ਲਾਨਤ ਪਵੇ, ਸ਼ਰੀਫਾਂ ਦੇ ਬੱਚੇ ਵਿਗਾੜ ਦਿਓ। ਬੱਚੇ ਵਿਗਾੜਨੇ? ਤੂੰ ਸਾਡੇ ਨਾਲ ਕੰਮ ਕਰੇ ਤੇ ਸੋਨੇ ਦੀ ਬਰਸਾਤ ਹੋ ਜਾਏ। ਕਿਸ ਤਰ੍ਹਾਂ ਚੱਲੇਗੀ? ਮਰਜ਼ੀ ਨਾਲ ਜਾ, ਚੁੱਪ ਕੇ ਲੈ ਜਾਈਏ। ਤੁਹਾਡੀ ਤੇ
ਚਲ ਠੀਕ ਹੈ, ਰੁਪਏ ਅਸੀਂ ਇਹਨੂੰ ਦੇ ਦਿੰਦੇ ਹਾਂ, ਪਰ ਇੱਕ ਰੁਪਏ ਦੀ ਇੱਕ ਚਪੇੜ ਖਾਣੀ ਪਏਗੀ। ਕਿਉਂ ਬਾਈ, ਮਨਜ਼ੂਰ ਹੈ? ਅੱਜ ਤਕਦੀਰ ਤੁਹਾਨੂੰ ਮੇਰੇ ਸਾਹਮਣੇ ਲੈ ਆਈ ਹੈ, ਬਚਣ ਦਾ ਸਿਰਫ ਇੱਕੋ ਹੀ ਰਸਤਾ ਹੈ। ਬੋਲੋ, ਇੱਕ ਰੁਪਏ ਦੇ ਬਦਲੇ ਇੱਕ ਚਪੇੜ ਖਾਓਗੇ? ਰੁਪਈਆ ਜੇ ਇੱਕ ਰੁਪਈਏ ਤੇ ਚਪੇੜ ਨੇ ਤੁਹਾਨੂੰ ਮੇਰੀ ਸ਼ਨਾਖਤ ਨਹੀਂ ਕਰਵਾਈ, ਫਿਰ ਸੁਣੋ, ਮੈਂ ਸਿਕੰਦਰਾ ਜੀ, ਜਿਹਦੀ ਮਾਂ ਨੂੰ ਦਵਾਈ ਦੀ ਜ਼ਰੂਰਤ ਸੀ ਤੇ ਤੁਸੀਂ ਇੱਕ ਇੱਕ ਰੁਪਏ ਦੇ ਬਦਲੇ ਇੱਕ ਚਪੇੜ ਮਾਰੀ ਸੀ।
ਨਮਕ ਖਾਣ ਦੇ ਮੂੰਹ ਤੇ ਆਪਣੇ ਹੱਥ ਵਿੱਚ ਅਮਰਾ ਕੀ ਲੜਾਈ ਆ ਗਏ ਕੰਦਰੇ ਨੇ ਕੌਣ ਸਿਕੰਦਰ 15 ਸਾਲ ਪਹਿਲੇ ਜਿਸ ਕਲਰਕ ਨੇ ਸਾਡੇ ਅੱਡੇ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਤੇ ਤੁਸਾਂ ਉਹਨੂੰ ਕਤਲ ਕਰ ਦਿੱਤਾ ਸੀ ਉਹਦਾ ਪੁੱਤਰ ਜ਼ਿੰਦਾ ਕੱਲ ਦਾ ਚੰਗਿਆਰਾ ਅੱਜ ਦਾ ਸ਼ੋਹਰਾ ਬਣ ਗਿਆ ਉਹਨੇ ਸਾਫ ਚਫੇੜਾ ਲਾ ਲਿਆ ਦੇਖ ਖੂਨ ਦਾ ਚੁਕਾ ਵੀ ਆਏਗਾ ਉਹਦੀਆਂ ਅੱਖਾਂ ਸਾਨੂੰ ਉਹਦੇ ਪਿਓ ਦਾ ਖੂਨ ਵੀ ਦਿੱਤਿਆ ਤੇ ਉਹਨੂੰ ਸਾਡੀਆਂ ਸ਼ਕਲਾਂ ਵੀ ਯਾਦ ਨੇ ਉਹਨੂੰ ਮਾਜ਼ੀ ਦੀ ਕਬਰ ਚ ਚੱਫਲ ਮੁਰਦਾ ਯਾਦ ਹੈ ਘਬਰਾਉਣਾ ਇਸ ਮਕਸੂਲ ਦੀ ਔਲਾਦ ਸਾਡੇ ਹੋਣੇ ਇਰਾਦੇ ਤੋਂ ਉੱਚੀ ਨਹੀਂ ਹੋ ਸਕਦੀ ਕੱਲ ਸਭ ਪਿਓ ਮਾਰਿਆ ਸੀ ਹੁਣ ਅਸੀਂ ਪੁੱਤਰ ਮਾਰ ਗਿਆ ਇੱਥੇ ਆਉਂਦਿਆਂ ਜ਼ਮਾਨੇ ਬੀਤ ਗਏ ਪਰ ਇਹ ਕਦੀ ਨਹੀਂ ਹੋਇਆ ਕਿ ਮੈਂ ਵੀ ਆਇਆ ਹੋਵਾਂ ਤੇ ਤੂੰ ਵੀ ਆਈ ਹੋਵੇਂ ਸੀਮਾ ਕਿਉਂ ਭੁੱਲ ਗਈ ਹੈ ਮੈਂ ਕਿਹਨੂੰ ਪੁੱਛਾਂ ਕੌਣ ਦੱਸੇਗਾ ਕਿ ਤੂੰ ਕਿੱਥੇ ਮੈਂ ਸੀਮਾ ਡੇਢ ਘੰਟਾ ਹੋ ਗਿਆ ਜਨਾਬ ਦਾ ਇੰਤਜ਼ਾਰ ਕਰਦੇ ਕਰਦੇ ਮੁੜ ਮੁੜ ਕੇ ਵੇਖ ਵੇਖ ਕੇ ਮੇਰੀ ਗਰਦਨ ਹੀ ਆਕੜ ਗਈ ਹੈ ਥੋੜੀ ਸ਼ਾਨੋ ਘਰ ਮਾਲਿਕ ਮਕਾਨ ਧਰਨਾ ਮਾਰ ਕੇ ਬਹਿ ਗਿਆ ਸੀ ਕਹਿੰਦਾ ਸੀ ਕਿਰਾਏ ਲੈ ਕੇ ਜਾਊਂਗਾ ਮੇਰੀ ਮਾਂ ਦੇ ਤੇ ਮੇਰੀ ਮਿੰਨਤਾਂ ਨਾ ਕੱਲ ਸ਼ਾਮ ਤੱਕ ਦੀ ਮੋਹਲਤ ਦਿੱਤੀ ਕਹਿੰਦਾ ਸੀ ਜੇ ਕਿਰਾਇਆ ਨਾ ਦਿੱਤਾ ਸਮਾਨ ਚੁੱਕੇ ਬਾਹਰ ਸੁੱਟ ਦਿਆਂਗਾ ਤੂੰ ਫਿਕਰ ਨਾ ਕਰ ਕੋਈ ਨਹੀਂ ਬਾਹਰ ਸੁੱਟਦਾ ਨਹੀਂ ਸ਼ਾਨੋ ਮੇਰੇ ਨਾਲ ਬਚਪਨ ਇੱਕ ਬੀਤ ਚੁੱਕੀ ਅੱਛਾ ਹੁਣ ਆਪ ਬੀਤੀ ਬੰਦ ਕਰ ਤੇ ਇਹ ਸੋਚ ਪਹੁੰਚਣਾ ਕਿਸ ਤਰ੍ਹਾਂ ਚੱਲ ਟੈਕਸੀ ਚੱਲੀਏ ਇਹਨਾਂ ਵਿੱਚ ਤਾਂ ਕੋਈ ਨਹੀਂ ਜਾਂਦਾ ਕਿਉਂ ਇਹ ਸਾਰੇ ਰੱਜੇ ਪਏ ਨੇ ਇਹਦਾ ਮਤਲਬ ਹੈ ਅੱਜ ਨੌਕਰੀ ਜਵਾਬ ਮਿਲ ਜਾਏਗਾ ਨਹੀਂ ਉਧਰ ਵੀ ਗੱਡੀ ਵੀ ਆਉਂਦੀ ਹੈ What can I do for you, lady? ਮੈਂ ਤੁਹਾਡੇ ਸੇ ਕੀ ਕਰ ਸਕਣਾ? ਤੁਸੀਂ ਕਿੱਥੇ ਜਾ ਰਹੇ ਹੋ? ਮੈਂ ਜਿੱਥੇ ਵੀ ਜਾ ਰਿਹਾ ਹਾਂ, ਤੁਹਾਨੂੰ ਕੀ? ਤੁਸੀਂ ਦੱਸੋ ਤੁਸੀਂ ਕਿੱਥੇ ਜਾਣਾ? ਜਰਾ ਥੋੜੀ ਤਕਲੀਫ ਕਰਕੇ ਸਾਨੂੰ ਕੰਪ ਤੱਕ ਲਾ ਦਿਓ। ਫਿਲਮ ਕੰਪਨੀ? ਨਹੀਂ, ਥੀਏਟਰ ਕੰਪਨੀ। ਥੀਏਟਰ ਕੰਪਨੀ? ਤੁਸੀਂ ਫਨਕਾਰ ਹੋ? ਮੈਂ ਆਪ ਫਨਕਾਰਾਂ ਦਾ ਬੜਾ ਤਾਬੇਦਾਰ ਹਾਂ। ਆਓ ਬੈਠੋ। ਕਿਹੜੀ ਥੀਏਟਰ ਕੰਪਨੀ? ਮਾਡਰਨ ਥੀਏਟਰ ਕੰਪਨੀ। ਮਾਡਰਨ? ਅੱਜ ਹੀ ਵੇਖੋ। ਤੁਸੀਂ ਅੱਗੇ ਆਓ ਜੀ। ਤੁਸੀਂ ਪਿੱਛੇ ਬੈਠੋ ਕਾਕੀ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤੁਸੀਂ ਅੱਗੇ ਆਓ ਬਈ। ਤੁਸੀਂ ਅੱਗੇ ਆਓ। ਕਰੋ ਕਿਤੇ ਮੇਰੀ ਮਦਦ। Thank you. ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ਰਮਿੰਦਾ ਕਿਉਂ ਕਰ ਰਹੇ ਹੋ? ਅੱਛਾ, ਤੁਹਾਨੂੰ ਛੁੱਟੀ ਕਿੰਨੇ ਵਜੇ ਹੋਵੇਗੀ? ਕਿਉਂ? ਮੇਰਾ ਮਤਲਬ ਹੈ ਕਿ ਮੈਂ ਗੱਡੀ ਲੈ ਆਵਾਂ। ਨਹੀਂ, ਸਾਨੂੰ ਗੱਡੀ ਜ਼ਰੂਰਤ ਨਹੀਂ। ਇੱਕ ਮਿੰਟ ਜੀ, ਜਦੋਂ ਵੀ ਤੁਹਾਨੂੰ ਗੱਡੀ ਦੀ ਲੋੜ ਹੋਵੇ, ਬਾਈ 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 ਤੇ ਟੈਲੀਫੋਨ ਕਰਕੇ ਮੈਨੂੰ ਬੁਲਾ ਲੈਣਾ, ਮੈਂ ਗੱਡੀ ਲੈ ਕੇ ਆ ਜਾਵਾਂਗਾ। ਠੀਕ ਹੈ ਜੀ। ਬਾਈ 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 ਬਾਈ। ਅੱਛਾ ਬਾਈ, ਫਿਰ ਗੱਡੀ ਨਾ ਆਈ।
ਤੇਰੀ ਮਾਂ ਸੇਠ ਅਨਵਰ ਦੀ ਗੱਡੀ ਵਿੱਚ? ਸਮਝ ਗਿਆ। ਸ਼ਾਂਤੀ ਬਣ ਗਈ ਹੈ ਓਏ, ਅਜੇ ਕੁਛ ਬਣਦੇ ਲੈ, ਫੇਰ ਜਿੰਨਾ ਮਰਜ਼ੀ ਦੇਰ ਨਾਲ ਆਵੀ, ਭਾਵੇਂ ਆਵੀ ਤੇ ਭਾਵੇਂ ਬਿਲਕੁਲ ਨਾ ਆਵੀ, ਉਹ ਤੇਰਾ ਤੇ ਦਿਮਾਗ ਹੀ ਖਰਾਬ ਹੋ ਗਿਆ। ਕੀ ਖਰਾਬ ਹੋ ਗਿਆ ਦਿਮਾਗ? ਸੇਠ ਜੀ, ਜੀ ਸੇਠ ਜੀ, ਮੈਂ ਤੁਹਾਨੂੰ ਕਹਿਣ ਆਈ ਸਾਂ, ਮੈਨੂੰ ਥੋੜੇ ਜਿਹੇ ਪੈਸੇ ਪੈਸੇ ਓ ਪਹਿਲੇ ਕੰਮ ਮੰਗਦੀ ਆ, ਫਿਰ ਪੈਸੇ ਮੰਗਦੀ ਆ, ਜਾਂ ਪੈਸੇ ਲੈ ਲਓ ਜਾਂ ਕੰਮ ਲੈ ਲਓ। ਕੀ ਲੈ ਲਓ? ਪੈਸੇ ਨਹੀਂ, ਜਰਾ ਦੱਸਿਓ ਉੱਤੇ ਕੀ ਹੈ? ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ। ਕੀ ਖੁੱਲ ਜਾਣਗੀਆਂ? ਅੱਖਾਂ। ਖੈਰ ਕਰਦੇ ਇੱਥੇ ਹੀ ਸਹੀ ਕਿਤੇ। ਪਤਾ ਨੀ ਕਿੱਥੇ ਚਲੀ ਗਈ ਹੈ ਉਹ? ਕੌਣ? ਉਹ ਕਰੋੜਪਤੀ ਸੇਠ ਅਨਵਰ ਦੀ ਗੱਡੀ। ਅਸੀਂ ਉਹਦੇ ਟਾਇਰ ਲਾਣੇ ਸਨ। ਕੀ ਲਾਣੇ ਸਨ? ਟਾਇਰ। ਉਹ ਗੱਡੀ ਆ ਗਈ ਹੈ। ਪਰਸੋਂ ਨਾਲ ਮੇਰੀ ਗੱਡੀ ਚ ਰਹਿ ਗਿਆ ਸੀ, ਇਹ ਉਹਨਾਂ ਨੂੰ ਦੇ ਦੇਣਾ। ਅੱਛਾ ਮਾਲਕ ਜੀ, ਜਦੋਂ ਵੀ ਤੁਹਾਨੂੰ ਮੇਰੀ ਲੋੜ ਹੋਵੇ ਬਾਈ 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 ਤੇ ਟੈਲੀਫੋਨ ਕਰ ਲੈਣਾ, ਮੈਂ ਗੱਡੀ ਲੈ ਕੇ ਆ ਜਾਵਾਂਗਾ। ਕੀ ਕਿਹਾ ਜੀ? ਬਾਈ 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 ਬਾਈ। ਅੱਛਾ ਮੇਰੇ ਭਾਈ, ਉਹ ਇਹਨੂੰ ਵੀ ਭਾਈ ਦੀ ਬਿਮਾਰੀ ਹੈ। ਸਾਡੀ ਆਰਟਿਸਟ ਸੀਮਾ ਸੇਠ ਅਨਵਰ ਦੀ ਗੱਡੀ ਵਿੱਚ ਆਈ ਏ। ਕਿਹਦੇ ਵਿੱਚ ਆਈ ਏ? ਗੱਡੀ ਵਿੱਚ। ਅੱਛਾ, ਇਹਦਾ ਮਤਲਬ ਏ ਸੀਮਾ ਤੇ ਸੇਠ ਅਨਵਰ ਦਾ ਆਪਸ ਵਿੱਚ ਇਸ਼ਕ ਚੱਲ ਰਿਹਾ। ਕੀ ਚੱਲ ਰਿਹਾ? ਇਸ਼ਕ। ਮੇਰੀ ਮੰਨੋ ਤੇ ਜਿਹਨੂੰ ਡਾਂਟਿਆ ਜੇ ਅੰਦਰ ਜਾ ਕੇ ਉਹਦੇ ਕੋਲੋਂ ਮਾਫੀ ਮੰਗ ਲਓ। ਕੀ ਮੰਗ ਲਓ? ਮਾਫੀ। ਸੀਮਾ ਬੇਟੀ, ਓ ਸੀਮਾ। ਜੀ ਸਰ ਸਾਹਿਬ। ਇਹ ਪਰਸ ਤੁਹਾਡਾ? ਜੀ। ਇਹ ਗੱਡੀ ਭੁਲਾ ਸਾ? ਜੀ।
ਮੇਰੀ ਕੰਪਨੀ ਚ 10 ਲੱਖ ਰੁਪਇਆ ਲਾਉਣ ਲਈ ਤਿਆਰ ਹੋ ਗਏ। 10 ਲੱਖ ਓਏ ਬੁੱਤ ਕੀ ਬਣ ਗਏ ਓਏ ਮਿਸਟਰ ਰਾਮਸਾਜ, ਤੂੰ ਜਰਾ ਇਹ ਸਾਰੇ ਰੰਗ ਰੋਗਨ ਬਦਲ ਦੇ ਤੇ ਬਹੁਤ ਸਾਰੇ ਪਰਦੇ ਬਣਾ ਦੇ ਔਰ ਬਹੁਤ ਸਾਰੇ ਕਟਾਊਟ ਵੀ ਬਣਾ ਦੇ। ਓਏ ਮਿਸਟਰ ਜੂਲਰ ਜੀ, ਤੂੰ ਜਰਾ ਸੀਮਾ ਬੇਦੀ ਲਈ ਇਹ 5-7 ਕਿਸਮ ਦੇ ਨਾ ਜੁਲਰੀ ਦੇ ਸੈੱਟ ਬਣਾ ਦੇ ਤੇ ਮੇਰੇ ਲਈ ਵੀ 10-15 ਜਰਾ ਸੋਨੇ ਦੀਆਂ ਮੁੰਦਰੀਆਂ ਬਣਾ ਦੇ, ਅਸਲੀ ਸੋਨੇ ਦੀਆਂ। ਕਾਹਦੀਆਂ? ਅਸਲੀ ਸੋਨੇ ਦੀਆਂ। ਮਿਸਟਰ ਮਾਸਟਰ ਜੀ, ਮੈਂ ਕਿਹਾ ਤੂੰ ਜਰਾ ਸੀਮਾ ਬੇਦੀ ਲਈ ਨਾ 25-30 ਬੜੇ ਸਰਗ ਬੜੇ ਕਿਸਮ ਦੇ ਡਰੈਸ ਬਣਾ ਦੇ। 25-30? ਹਾਂ, ਮਰਦੇ ਕਿਉਂ ਚੱਲਦੇ ਹੋ? ਸਭ ਦਾ ਪੈਸਾ ਪੈਸਾ ਰਹਾ ਹੋਵੇਗਾ। ਇਸ ਪੈਸੇ ਨਾਲ ਮਾਲਕ ਮਕਾਨ ਦਾ ਮੂੰਹ ਤੇ ਬੰਦ ਹੋ ਜਾਏਗਾ। ਸੀਮਾ, ਮੈਂ ਤੈਨੂੰ ਤਿੰਨੋਂ ਤੇ ਨਹੀਂ ਜੰਮਿਆ, ਪਰ ਮਾਂ ਬਣ ਕੇ ਤੇਰੀ ਫਿਕਰ ਜ਼ਰੂਰ ਕੀਤੀ ਹੈ ਤੇ ਮੇਰੀ ਸਿਹਤ ਇਜਾਜ਼ਤ ਦਿੰਦੀ ਤੇ ਮੈਂ ਤੈਨੂੰ ਕਦੀ ਵੀ ਖੇਤਰੀ ਚ ਕੰਮ ਨਾ ਕਰਨ ਦਿੰਦੀ। ਤੇਰਾ ਫੀਸ ਮਿਲ ਜਾਏ ਤੇ ਮੈਂ ਉਹਦੇ ਹੱਥ ਹੀ ਤੇਰਾ ਹੱਥ ਦੇ ਕੇ ਆਖਾਂ ਭਾਈ ਆਪਣੀ ਅਮਾਨਤ ਸੰਭਾਲ ਲੈ। ਜਿੱਥੇ ਵਿਛੜਿਆ ਸੀ ਅੱਜ ਫੇਰ ਉੱਥੇ ਗਈ ਸਾਂ, ਨਾ ਹੀ ਉਹਦਾ ਮੁੱਖ ਦਿਸਿਆ ਤੇ ਨਾ ਹੀ ਉਹਦੀ ਆਵਾਜ਼ ਕੰਨ 'ਚ ਪਈ। ਪਤਾ ਨਹੀਂ ਕਿੱਥੇ ਦਿਲ ਲਾ ਬੈਠਾ।
तेरी कशिश। मेरा मतलब है दिलचस्पी उस बच्चे नाल हो गई जेड़ा तेरे अंदर है जिन्हें बचपन च पेड़ा खा दिया सर। तेनों थोड़ा जा समझिया अपना अंदर फोल के थोड़ा जा हो दस थोड़ा फली दी सिद्ध ना कर लाली राख दे तेरी चंग्याड़े भी होंगे नहीं। हाँ एदी एक मिसाल है ते एक मिसाल है भी है धरती फोल के गंडोए लबन दूरी है सप भी निकल आता है। पर तेरे होंदिया मैं किसे साक्षी बाले तो नहीं डरती। मैं कोई डरता तावीज नहीं मेरा पीछा छड़ दे। वे ऐस नफसा नफसे दे जमाने कौन किसे दे दुख सुन रहे ते जे मैं पूछ ही बैठी हूँ ते ऐडा पारा ते क्यों पहने तो इंसान है के पत्थर। एक कुड़ी कौन है? ए ओ कुड़ी है बॉस जिदे ते कासू दी आके ए गल जाके कासू नू जेल ही दसो वो आपे दे नाल निपट लेगा। सलाम साहब। वालेकुम अस्सलाम। हुक्म जनाब। तेरी कैद मुक गई है कासू। पता है जनाब शायदी मुक गई अपनी जिंदगी तो नहीं मुकी। कासू तू बार बार जेल क्यों आना है? एदी वजह मेरी तौण है। तौण चुके ज्यादती वेखना ते उदे सामने खलो जाना कोई गल वसों बार हो जावे ते उदे गल पै जाना जनाब पुलिस दे अगे लग के नहीं नसदा थाने आप पहुंच के ते कह देना फड़ लो मोतिया लियो। क्यों नहीं सोचता एक चीज शराफत भी है। ईमान नाल इस दफा सोचे है ते फैसला भी किता है जानदिया ही ओदे पैरी पैरावांगा ते कवांगा हुण ते साडा घर वसादे करमा वाली है। ए करमा वाली कौन है? लाली। लाली कौन है? लाली फुला दे पई त्रेल मेरे दिल दी धड़कन अखां दी लाली हर मैदान जितण वाला कासू सिर्फ ओदे ही सामने हौसला हार जांदा है। साहब
ਤੁਸੀਂ ਤੇ ਖੁਦਾ ਨੂੰ ਮੰਨਣ ਵਾਲੇ ਹੋ ਹੱਥ ਚੁੱਕ ਕੇ ਮੇਰੇ ਲਈ ਦੁਆ ਕਰੋ ਕਿ ਮੈਂ ਸ਼ਰੀਫ ਹੀ ਰਵਾਂ ਮੇਰੇ ਤੇ ਲਾਲੀ ਦੇ ਵਿੱਚ ਕੋਈ ਨਾ ਆਵੇ ਜੇ ਸਾਡੇ ਵਿੱਚ ਦੀਵਾਰੇ ਚੀਨ ਵੀ ਆਈ ਤੇ ਮੈਂ ਉਹਨੂੰ ਵੀ ਚੀਰ ਕੇ ਲੰਘ ਜਾਵਾਂਗਾ ਸਾਹਿਬ ਸਲਾਮ ਅਲੈਕੁਮ ਸ਼ਰੀਫ ਰਹਿਣ ਦੀ ਨੀਅਤ ਲੈ ਕੇ ਨਿਕਲਿਆ ਸਾਂ ਬੁਰਾਈ ਫੇਰ ਮੱਥੇ ਲੱਗ ਗਈ ਏ ਕਾਸੂ ਉਹ ਮਗਰੋਂ ਲੈ ਜਾਓ ਕਾਸੂ ਇੱਕ ਬੜੀ ਅਹਿਮ ਖਬਰ ਹੈ ਅਖਬਾਰ ਵਿੱਚ ਦੇ ਦਿਓ ਹੁਣੇਗਾ ਤੇ ਪੱਥਰ ਹੋ ਜਾਏਗਾ ਉਹ ਮੈਂ ਇਨਸਾਨ ਬਣ ਗਿਆ ਕਾਸੂ ਲਾਲੀ ਕੀ ਕਹੀ ਹੋਏ ਤੇਰੀ ਪਲੀਤ ਜ਼ਬਾਨ ਤੇ ਲਾਲੀ ਦਾ ਨਾਂ ਕਿਸ ਤਰ੍ਹਾਂ ਆਇਆ ਦੱਸ ਕੀ ਹੋਇਆ ਤੂੰ ਬੱਤੀ ਇੱਕ ਸਿਕੰਦਰਾ ਆਇਆ ਲਾਲੀ ਦੇ ਕਿੱਸੇ ਚ ਸਿਕੰਦਰਾ ਕਿੱਥੋਂ ਆ ਗਿਆ ਲਾਲੀ ਉਹਦੇ ਨਾਲ ਪਿਆਰ ਕਰਦੀ ਏ ਖਬਰ ਸੁਣਾਉਣ ਵਾਲੇ ਦਾ ਇਹ ਹਾਲ ਕੀਤਾ ਸੂ ਤੇ ਸਿਕੰਦਰੇ ਦਾ ਕੀ ਹਾਲ ਕਰੇਗਾ ਕਾਸੂ ਦਾਦਾ ਆ ਗਿਆ ਕਾਸੂ ਦਾਦਾ ਆ ਗਿਆ ਕਾਸੂ ਦਾਦਾ ਆ ਗਿਆ ਜੇਲੋਂ ਵਾਪਸ ਵੀ ਆਉਣਾ Thank you.
ਰੱਖਿਆ ਕਰੋ। कर समझ के आया गुड़िया, ऐसा कोई मुजरम तो नहीं आया? दरवाजा तेरे सामने खोले, इतने कोई नहीं आया। चलो तू झूठ क्यों बोलिया? तू पहन क्यों क्या सी? डुबदा तिनके दा ते मैं इस लफ्ज दा सहारा लिया सी। तू पहन क्या ते मैं समझी सा घर विछड़िया वीर आ गया। तू मतलब दा भरा है ते इस रिश्ते दी कंध पिछे पनाह लैण वाला मुजरिम है। चला जा, चला जा इत्थों। मतलब ही होण दा ताना दिते ही ते जहां तेनू जबान दिती, तेरा अपना वीर मिल भी गया ते कासू सारी जिंदगी तेनू अपनी भैन ही समझ। हां मैं ठीक कह रहा? मैं पूछनी आ जे पुलिस ने पूछा सी ते कासू ते इरादा है कतल दा इंतजाम क्यों नहीं लाया? जिंदगी नवा मोड़ मुड़ जाती मैं कुराए पै जाना सी। वैसे एक कासू तेरा की लगता है? हाय 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 तौबा तौबा तौबा, अल्लाह ना करे वो मेरा कुछ लगे। पर कोई तेन देखे वो ये देख नहीं सकता। ए ओदे जबरदस्ती यार क्यों नहीं कहना? तू मर भी नहीं समझ सकेगा। सब जन्म तो प्यार दी प्यासी औरत एक बदमाश से तो प्यार दे दो कुट पानी कबूल नहीं कर सकती। मेरे चाचे को रिश्ता मंगया उन्हें धुचकारिया कटड़ी च खलो के ऐलान किया। सुन लो कटड़ी वाले मैं इतो लाली की डोली लेके जरूर जाने। फिर तू ओदे कोलों किस तरह बचेगी? तू बचाएगा
ਮੂੰਹ ਤੇ ਬੋਲ ਪੋ ਦਿਲ ਚ ਕੀ ਲੁਕਾਈ ਫਿਰਨਾ ਹੈ ਕਬਰਾਂ ਕਿਤਿਆਂ ਇੱਕ ਕਬਰ ਮਾਂ ਦੀ ਹੈ ਜਿਹੜੀ ਬੇਬਸੀ ਦੀ ਮੌਤ ਮਰ ਗਈ ਇੱਕ ਦਿਓ ਦੀ ਹੈ ਜਿਹਨੂੰ ਮੁਜਰਮਾਂ ਨੇ ਬੁਰਾਈ ਦੇ ਖਿਲਾਫ ਆਵਾਜ਼ ਚੁੱਕਣ ਦੇ ਬਦਲੇ ਚ ਕਤਲ ਕਰ ਦਿੱਤਾ ਇੱਕ ਦੁੱਖ ਵਿਛੜੀ ਹੋਈ ਭੈਣ ਦਾ ਵੀ ਹੈ ਅੱਜ ਤੱਕ ਨਾ ਕਾਤਲ ਮਿਲੇ ਨੇ ਤੇ ਨਾ ਹੀ ਵਿਛੜੀ ਹੋਈ ਭੈਣ ਇਹਨਾਂ ਦੁੱਖਾਂ ਨੇ ਮੈਨੂੰ ਪੱਥਰ ਬਣਾ ਦਿੱਤਾ ਹੈ ਸਿਕੰਦਰਿਆ ਮੈਂ ਵੀ ਕਸਮ ਖਾਣੀ ਆਪਣੀ ਜਵਾਨੀ ਦੀ ਮੈਂ ਤੇਰੇ ਕਦਮਾਂ ਦੀ ਮੰਜ਼ਿਲ ਨਾ ਵੀ ਬਣ ਸਕੀ ਤੇ ਤੇਰੇ ਸਫ਼ਰ ਚ ਤੇਰੇ ਵਜੂਦ ਦਾ ਪਰਛਾਵਾਂ ਜ਼ਰੂਰ ਬਣਾਗੀ ਤੇ ਦੁਆ ਕਰਾਂਗੀ ਸਭ ਕਰੇ ਤੇਰੀ ਭੈਣ ਤੈਨੂੰ ਮਿਲ ਜਾਏ ਹਾਏ ਮੈਂ ਮਰ ਗਈ ਸਾਡਾ ਸੇਠ ਸਮਝਦਾ ਕਿ ਉਹ ਗੱਡੀ ਵਾਲਾ ਸੇਠ ਮੇਰੇ ਨਾਲ ਇਸ਼ਕ ਕਰਦਾ ਹੈ ਐਸੀ ਗਲਤ ਫਹਿਮੀ ਨੇ ਤੇ ਉਹਦਾ ਰਵੱਈਆ ਬਦਲਿਆ ਪਰ ਕਿਸ ਕਮੀਨੀ ਨੂੰ ਪਤਾ ਹੈ ਉਹ ਕਮੀਨਾ ਸੇਠ ਕੌਣ ਹੈ ਤੇ ਰਹਿੰਦਾ ਕਿੱਥੇ ਵੇ ਮੇਰੀ ਕੋਟ ਕਿੱਥੇ ਵੇ ਉਹ ਵਰਕਸ਼ਾਪ ਗਈ ਹੈ ਠੀਕ ਹੈ ਤੂੰ ਉਹਨੂੰ ਲੈ ਕੇ ਦਫ਼ਤਰ ਪਹੁੰਚ ਮੈਂ ਦਫ਼ਤਰ ਜਾ ਰਿਹਾ ਅੱਛਾ ਉਸਤਾਦ ਜੀ ਕੱਪੜੇ ਤਿਆਰ ਹੋ ਗਏ ਨੇ ਬਿਲ ਤੇ ਕੱਪੜੇ ਕੰਪਨੀ ਪਹੁੰਚਾ ਦਿਆ ਪਾਗਲ ਦੇ ਪੁੱਤਰਾ ਕਦੀ ਕੰਮ ਦੀ ਗੱਲ ਨਾ ਕਰੀ ਓਏ ਜੇ ਬਿੱਲ ਦਫ਼ਤਰ ਪਹੁੰਚੇ ਨਾ ਤੇ ਇਹ ਵੀ ਦੂਸਰੇ ਬਿੱਲਾਂ ਨਾਲ ਦਫ਼ਨ ਹੋ ਜਾਣਗੇ ਤੂੰ ਇਸ ਤਰ੍ਹਾਂ ਕਰ ਤੇ ਕੱਪੜੇ ਕੰਪਨੀ ਤੇ ਬਿੱਲ ਸੇਠ ਅਨਵਰ ਦੇ ਦਫ਼ਤਰ ਲੈ ਜਾ ਹੁਣ ਸਾਡੀ ਉਹਦੇ ਨਾਲ ਡਾਇਰੈਕਟ ਡੀਲਿੰਗ ਸ਼ੁਰੂ ਹੋ ਜਾਣੀ ਹੈ ਹੈਲੋ ਦਫ਼ਤਰ ਆ ਗਈ ਹੈ ਮੇਰੀ ਜਾਨ ਦਫ਼ਤਰੋਂ ਨਿਕਲ ਗਈ ਹੈ ਉਹ ਮੁਲਕੋਂ ਬਾਹਰ ਗਏ ਨੇ ਕਦੋਂ ਕੌਣ ਕਾਦਰ ਅੱਛਾ ਅੱਛਾ ਸੇਠ ਸਾਹਿਬ ਆਈ ਐਮ ਸੌਰੀ ਮੈਂ ਕਿਸੇ ਹੋਰ ਨੂੰ ਟਾਲ ਰਿਹਾ ਸਾਂ ਜੀ ਜੀ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਕੱਲ੍ਹ ਦਫ਼ਤਰ ਆ ਜਾਓ ਜੀ ਥੈਂਕ ਯੂ ਵੈਰੀ ਮਚ ਅਨਵਰ ਬੇਟਾ ਹੁਣ ਉਹ ਵਕਤ ਆ ਗਿਆ ਜਦੋਂ ਜਵਾਨੀ ਨੂੰ ਸ਼ਾਦੀ ਦੀ ਜ਼ੰਜੀਰ ਪਾ ਦੇਣੀ ਚਾਹੀਦੀ ਹੈ ਮੈਨੇਜਰ ਅੰਕਲ ਸ਼ਾਦੀ ਕਰਾਂ ਵੀ ਤੇ ਕਿਹਦੇ ਨਾਲ ਕਰਾਂ ਤੇ ਰੋਸ ਕਿੰਨੇ ਕੁ ਫੋਨ ਆ ਜਾਂਦੇ ਨੇ ਮਾਸ਼ਾਅੱਲਾ ਮੈਨੇਜਰ ਅੰਕਲ ਇਹ ਫੋਨ ਮੈਨੂੰ ਨਹੀਂ ਉਸ ਦੌਲਤ ਨੂੰ ਆਉਂਦੇ ਨੇ ਜਿਹੜੀ ਮੇਰੀ ਡੈਡੀ ਛੱਡ ਗਏ ਨੇ ਵੈਸੇ ਜਿਸ ਦਿਨ ਮੈਨੂੰ ਪਸੰਦ ਦੀ ਕੁੜੀ ਮਿਲ ਗਈ ਨਾ ਮੈਂ ਸ਼ਾਦੀ ਕਰ ਲਾਂਗਾ ਤੁਸੀਂ ਜ਼ਰਾ ਬੈਂਕ ਅਕਾਊਂਟ ਦਾ ਲੈਜਰ ਭੇਜ ਦਿਓ ਅੱਛਾ ਜੀ ਲੈ ਲਓ ਬੇਟਾ ਜੀ ਅੰਕਲ ਮੈਂ
ਮੈਂ ਸੋਚ ਵੀ ਨਹੀਂ ਸਕਦਾ ਕਿ ਤੂੰ ਮੇਰੇ ਕੋਲੋਂ ਪਰਦਾ ਕਰੇਗਾ। ਪਰਦਾ? ਹਾਂ, ਤੂੰ ਕਹਿੰਦਾ ਸੀ ਕਿ ਜਿਸ ਦਿਨ ਵੀ ਤੈਨੂੰ ਪਸੰਦ ਦੀ ਲੜਕੀ ਮਿਲ ਗਈ ਤੂੰ ਸ਼ਾਦੀ ਕਰਾ ਲਏਗਾ। ਮੈਂ ਝੂਠੇ ਨਹੀਂ ਬੋਲਿਆ ਅੰਕਲ। ਅੱਛਾ, ਤੇ ਫਿਰ ਇਹ ਦਿਲ ਕਿਤੇ ਕੱਪੜਿਆਂ ਦਾ? ਦਿਲ ਕੱਪੜੇ? ਯਕੀਨ ਕਰੋ ਅੰਕਲ, ਮੈਂ ਕਿਸੇ ਦੇ ਕੱਪੜੇ ਨਹੀਂ ਬਣਵਾਏ, ਮੈਂ ਕਿਸੇ ਲੜਕੀ ਨੂੰ ਨਹੀਂ ਜਾਣਦਾ। ਠੀਕ ਹੈ, ਤੇ ਫਿਰ ਮੈਂ ਹੁਣੇ ਕਿਸੇ ਕਲਰਕ ਨੂੰ ਭੇਜ ਕੇ ਤੇ ਤਹਿਕੀਕ ਕਰਾ ਲੈਣਾ। ਬਿਲਕੁਲ ਠੀਕ, ਤੁਸੀਂ ਇਹਦੀ ਤਹਿਕੀਕ ਜ਼ਰੂਰ ਕਰੋ। ਅੰਕਲ ਜੀ ਬੇਟੇ, ਇਹ ਬਿੱਲ ਮੈਨੂੰ ਦੇ ਦਿਓ। ਇਹਦੀ ਤਹਿਕੀਕ ਕਿਉਂ ਨਹੀਂ ਭੇਜਿਆ? ਤੂੰ ਪਹਿਲਾਂ ਮੈਨੂੰ ਇਹ ਦੱਸ ਕਿ ਇਹ ਬਿੱਲ ਤੇਰੇ ਕੋਲ ਕਿਸ ਤਰ੍ਹਾਂ ਪਹੁੰਚਿਆ? ਮੇਰੇ ਦਫ਼ਤਰ ਆਇਆ ਸੀ। ਅੱਛਾ ਅੱਛਾ ਅੱਛਾ, ਤੂੰ ਸੇਠ ਅਨਵਰ ਦਾ ਮੁਲਾਜ਼ਮ ਹੈ? ਫਿਰ ਬਰਖੁਰਦਾਰ ਮੈਨੂੰ ਸੋਚ ਕੇ ਦੱਸ ਕਿ ਤੇਰੇ ਸੇਠ ਅਨਵਰ ਦੀ ਮਹਬੂਬਾ ਦਾ ਬਿੱਲ ਅਸੀਂ ਕਿੰਨੂੰ ਭੇਜਦੇ? ਮਹਬੂਬਾ? ਯਾਰ ਤੂੰ ਕਿਸ ਕਿਸਮ ਦਾ ਬਦਖਬਰ ਹੈ ਜਾਂ ਮੁਲਾਜ਼ਮ ਹੈ ਕਿ ਤੈਨੂੰ ਆਪਣੇ ਸੇਠ ਦੀ ਅੱਡੀ ਸੱਡੀ ਤੇ ਇਸ਼ਕ ਮੁਆਸ਼ਕੇ ਦੇ ਇਲਮ ਦਾ ਬਿਲਕੁਲ ਪਤਾ ਹੀ ਨਹੀਂ? ਜੇ ਨਹੀਂ ਜਾਣਦਾ ਤਾਂ ਫਿਰ ਗੌਰ ਨਾਲ ਸੁਣ ਕਿ ਤੇਰਾ ਸੇਠ ਅਨਵਰ ਨਿਊ ਮਾਡਰਨ ਥੀਏਟਰ ਕੰਪਨੀ ਦੀ ਫਨਕਾਰਾ ਮਿਸ ਸੀਮਾ ਦੇ ਇਸ਼ਕ 'ਚ ਗੋਡੇ ਗੋਡੇ ਖੁੱਬ ਚੁੱਕਾ ਹੈ। ਹੁਣ ਤੈਨੂੰ ਕਰੇਨ ਵੀ ਖਿੱਚ ਕੇ ਬਾਹਰ ਕੱਢੇ ਤਾਂ ਨਹੀਂ ਨਿਕਲ ਸਕਦਾ। ਵੈਸੇ ਬਰਖੁਰਦਾਰ, ਅਗਰ ਤੂੰ ਮੇਰੇ ਬਿੱਲ ਦੀ ਪੇਮੈਂਟ ਛੇਤੀ ਛੇਤੀ ਕਰਾ ਦੇਵੇਂ ਤੇ ਜਾ 10% ਤੇਰਾ। ਗੁਫ਼ਤਗੂ ਕਰਨ ਆਇਓ? ਆਓ ਆਓ, ਤਸ਼ਰੀਫ ਰੱਖੋ। ਥੈਂਕ ਯੂ। ਮਿਸ ਸੀਮਾ, ਸਵਾਲ ਕਰੋ ਰਿਪੋਰਟਰ ਸਾਹਿਬ। ਮੈਂ ਜੋ ਵੀ ਕਹਾਂਗੀ ਸੱਚ ਕਹਾਂਗੀ ਤੇ ਸੱਚ ਦੇ ਸਿਵਾ ਕੁਝ ਨਹੀਂ ਕਹਾਂਗੀ। ਪੁੱਛੋ, ਸਾਡੀ ਪਹਿਲੀ ਮੁਲਾਕਾਤ ਕਿੱਥੇ ਹੋਈ, ਕਿਸ ਤਰ੍ਹਾਂ ਹੋਈ ਤੇ ਕਿੰਨੇ ਸਾਲ ਪਹਿਲਾਂ ਹੋਈ? ਕਿਹਦੇ ਨਾਲ? ਮਗਰ ਤੁਸੀਂ ਹੈਰਾਨ ਕਿਉਂ ਹੋ ਰਹੇ ਹੋ? ਕੌਣ ਹੋ ਤੁਸੀਂ? ਮੈਂ ਰਿਪੋਰਟਰ। ਫਿਰ ਮੇਰੀ ਹਰ ਗੱਲ ਤੇ ਚੌਂਕਦੇ ਕਿਉਂ?
दरअसल एक खूबसूरत औरत को लो सच्चा इंटरव्यू लेने का मेरा पहला मौका है। मेरा भी पहला मौका है। मिस सीमा एक गलती दसो, सेठ अनवर दे नाल तुहाडी पहली मुलाकात कदों हुई सी? मुलाकात 10 मार्च 1984 किथे? मरी दखाने दे आसपास। आसपास कोई अहम गल जड़ी तुहानू याद होवे? जी एक शेर। इरशाद सेठ अनवर ने क्या सी, दिल ने आंखों से कही, आंखों ने उनसे कही, बात चल निकली है, अब देखें कहां तक पहुंचे। माशाल्लाह माशाल्लाह। ओदे बाद? ओदे बाद अचानक एक दिन मैं किले दी सैर कर रही सा, फूल खिड़े सन, फुल्लां उत्ते पांवरे मंडला रहे सन, ठंडी ठंडी हवा चल रही सी, सुरमई बदलां दे टुकड़े आसमान उत्ते तैर रहे सन, कि अचानक मेरा पैर फिसलिया, ते मैनूं इंज लगा, जिवें मैं किसी दी अंबावां दे घेरे च आ गई हां। ओ कौन सी? सेठ अनवर। फिर की होया? फिर मेरे कन्ना नाल एक सरगोशी टकराई, आई लव यू। वैसे बाय द वे तुहाडा की रिएक्शन सी? मेरा मतलब है कोई गुस्सा, कोई नाराजगी, कोई पेशानी ते बल? मैं पत्थर हो गई। फिर और मुलाकात? ओदे बाद कुछ होर मुलाकात? एना मुलाकात इच तुसी की गल्ला करदे हो? गल्ला नहीं करदे। हैं? फिर तुसी की करदे हो? हाँ, कुछ नहीं। एना मुलाकात इच दो संगे मरमर दिया दीवारा नहीं मिलदिया ने, इंसान मिलते ने जेड़े एक दूसरे नु प्यार करते ने। फिर मैं किस तरह बोलवा कि तुसी प्यार नहीं करदे हो? हैं? अगर तुसी भी प्यार कीता है तो तुहाडा प्यार साडे प्यार नालों मुख्तलिफ है, वो मैनू तकदा रहिंदा है ते मेरा दिल भी करदा है मैं ओनू तकदी रहां। ਰਵਾਂ ਇਹੋ ਦਿਲ
ਕਰਦਾ ਏ ਤੇਰੇ ਵੱਲ ਤੱਕਦੀ ਰਵਾਂ ਤੂੰ ਵੀ ਮੈਨੂੰ ਕੁਝ ਨਾ ਕਵੇਂ ਮੈਂ ਵੀ ਤੈਨੂੰ ਕੁਝ ਨਾ ਕਵਾਂ ਇਹੋ ਦਿਲ ਕਰਦਾ ਏ ਤੇਰੇ ਵੱਲ ਤੱਕਦੀ ਰਵਾਂ ਤੂੰ ਵੀ ਮੈਨੂੰ ਕੁਝ ਨਾ ਕਵੇਂ ਮੈਂ ਵੀ ਤੈਨੂੰ ਕੁਝ ਨਾ ਕਵਾਂ ਇਹੋ ਦਿਲ ਕਰਦਾ ਤੇਰੇ ਵੱਲ ਤੱਕਦੀ ਰਵਾਂ ਤੇਰੇ ਵੱਲ ਤੱਕਦੀ ਰਵਾਂ ਤੇਰੇ ਵੱਲ ਤੱਕਦੀ ਰਵਾਂ ਤੇਰੇ ਵੱਲ ਤੱਕਦੀ ਰਵਾਂ ਕੈਮਰਾ ਨਹੀਂ ਲੈ ਕੇ ਆਇਆ ਕੱਲ ਲੈ ਕੇ ਆਵਾਂਗਾ ਇੱਥੇ ਨਹੀਂ ਕਿਸੇ ਅੱਛੇ ਜੇ ਮਕਾਮ ਤੇ ਰੈਡੀ ਥੋੜਾ ਸਾ ਰਾਈਟ
ਲੱਟ। ਠੀਕ ਹੈ ਬਸ ਹੁਣ ਮੈਂ ਥੱਕ ਗਈ ਹਾਂ। ਓਕੇ ਜਨਾਬ ਜਿਸ ਤਰ੍ਹਾਂ ਤੁਹਾਡੀ ਮਰਜ਼ੀ। ਪਰ ਤੂੰ ਵਾਪਸ ਕਿਸ ਤਰ੍ਹਾਂ ਜਾਏਗਾ? ਤੁਸੀਂ ਕਿਸ ਤਰ੍ਹਾਂ ਜਾਓਗੇ? ਸਾਡੇ ਕੋਲ ਸੇਠ ਸਾਹਿਬ ਦੀ ਗੱਡੀ ਹੈ। ਸੇਠ ਸਾਹਿਬ ਦੀ ਗੱਡੀ? ਆਹੋ ਉਹਨਾਂ ਦਾ ਡਰਾਈਵਰ ਲੈ ਕੇ ਆਇਆ ਹੋਇਆ। ਡਰਾਈਵਰ ਇਹ ਜਿਹੜਾ ਸੇਠ ਹੈਗਾ ਨਾ ਇਹ ਤੂੰ ਮੇਰੇ ਕੋਲੋਂ ਪੁੱਛ ਕੇ ਸੇਠ ਕਿਹਦੀ ਵਜ੍ਹਾ ਨਾਲ ਬਣਿਆ? ਇਹ ਮੇਰੀ ਵਜ੍ਹਾ ਨਾਲ ਬਣਿਆ ਹੈ। ਪਹਿਲੇ ਤਾਂ ਐਵੇਂ ਕੰਗਲਾ ਜਿਹਾ ਆਦਮੀ ਹੁੰਦਾ ਸੀ, ਇਹਦੇ ਕੋਲ ਰੋਟੀ ਹੁੰਦੀ ਸੀ ਤੇ ਮਕਾਨ ਨਹੀਂ ਸੀ ਹੁੰਦਾ, ਜੇ ਮਕਾਨ ਹੁੰਦਾ ਸੀ ਤੇ ਕੱਪੜਾ ਨਹੀਂ ਸੀ ਹੁੰਦਾ। ਇਹ ਰੋਟੀ ਕੱਪੜੇ ਮਕਾਨ ਦਾ ਅਰੇਂਜਮੈਂਟ ਸਾਰਾ ਮੈਂ ਹੀ ਕਰਵਾਇਆ, ਕਿਉਂਕਿ ਮੈਂ ਤਾਂ ਅਲੱਗ ਕਿਸਮ ਦਾ ਆਦਮੀ ਹਾਂ। ਮੈਂ ਜਿਹਨੂੰ ਵੀ ਅਕੇਲਾ ਖਵਾਇਆ ਉਹ ਕਰੋੜ ਪੱਤੀ ਹੋ ਗਿਆ ਤੇ ਜਾਂ ਫਿਰ ਪੀਲੀ ਪੱਤੀ ਹੋ ਗਈ। ਉਹ ਪੱਪੂ ਯਾਰ ਤੰਗ ਨਾ ਕਰ ਯਾਰ, ਤੇ ਜਿਹੜੀ ਗੱਲ ਹੈ ਨਾ ਦੇਖ ਘਬਰਾ ਕਿਉਂ ਗਿਆ? ਇਹ ਤੇ ਰਿਪੋਰਟਰ ਹੈ। ਰਿਪੋਰਟਰ? ਹਾਂ ਹਾਂ ਇਹ ਰਿਪੋਰਟਰ ਨੇ, ਤੂੰ ਸਾਡੇ ਨਾਲ ਆ ਜਾ, ਇਹ ਸਾਨੂੰ ਕੰਪਨੀ ਲਾ ਕੇ ਤੈਨੂੰ ਦਫ਼ਤਰ ਛੱਡ ਆਏਗਾ। ਠੀਕ ਹੈ ਜੀ, ਚੱਲ ਡਰਾਈਵਰ। ਰਿਪੋਰਟਰ ਦੀ ਜ਼ਰਾ ਗੱਡੀ 'ਚ ਬੈਠੋ, ਅੱਜ ਮੈਂ ਤੁਹਾਡੀ ਰਿਪੋਰਟ ਲਿਖਣੀ ਹੈ। ਗਾੜੀ ਮੈਂ ਬੈਠੀ ਡਰਾਈਵਰ, ਇਹ ਜਿੱਥੇ ਕਹਿੰਦੇ ਇਹਨਾਂ ਨੂੰ ਉੱਥੇ ਉਤਾਰ ਦੇ। ਉੱਤਰ ਤੇ ਮੈਂ ਗਿਆ, ਜਦੋਂ ਜ਼ਰੂਰਤ ਹੋਏਗੀ ਉਦੋਂ ਮੰਗਾ ਲਾਂਗੇ, ਗੱਡੀ ਵਾਪਸ ਨਹੀਂ ਲੈ ਕੇ ਆਈ। ਹੁਣ ਗੱਡੀ ਆਣੀ ਵੀ ਨਹੀਂ। ਓਕੇ ਬਾਏ। ਬਾਏ। ਕੀ ਹੋਇਆ? ਕੁਛ ਨਹੀਂ। ਮੈਨੂੰ ਮਾਫ ਕਰ ਦਿਓ ਸਾਹਿਬ ਜੀ। ਓਏ ਪਰ ਤੂੰ ਕੀਤਾ ਕੀ ਹੈ? ਬਹੁਤ ਬੁਰਾ ਕੀਤਾ ਹੈ, ਗੱਡੀ ਦਾ ਬੇਜਾ ਇਸਤੇਮਾਲ, ਨੰਬਰ 2 ਤੇ ਮੈਂ ਆਪਣੀ ਅੱਖ ਰੱਖੀ ਹੋਈ ਹੈ। ਮੇਰੀ ਅੱਖ ਉਥੋਂ ਨਾ ਚੁੱਕਣਾ, ਉਹ ਮੇਰੀ ਕਮਜ਼ੋਰੀ ਬਣ ਚੁੱਕੀ ਹੈ। ਇੱਕ ਸ਼ਰਤ ਮਾਫ ਕਰਾਂਗਾ ਤੈਨੂੰ। ਉਹ ਕਿਸ ਕਿਸਮ ਦੀ ਸ਼ਰਤ ਹੈ? ਨੰਬਰ 1 ਨੂੰ ਪਤਾ ਨਾ ਲੱਗੇ ਕਿ ਮੈਂ ਸੇਠ ਅਨਵਰ ਆ। ਉਹ ਕਿਉਂ? ਇਸ ਲਈ ਕਿ ਨੰਬਰ 1 ਮੇਰੀ ਕਮਜ਼ੋਰੀ ਬਣ ਚੁੱਕੀ ਹੈ। ਪਾਗਲ ਦਾ ਪੁੱਤਰ ਇਸ਼ਕ ਨਾ ਪੁੱਛੇ ਜ਼ਾਤ। ਚੱਲ ਚੱਲ ਗਾੜੀ ਚਲਾ। ਆਹ
मेहरबानी करके माल जितना है। कौन है तू? ਇੰਤਕਾਮ ਦੀ ਅੱਗ ਵਿੱਚ ਸੜਿਆ ਹੈ ਦਿਮਾਗ, ਇਹਦੀ ਹਕੀਕਤ ਉਹਦੀ ਗ੍ਰਿਫਤਾਰੀ ਖੋਲੇਗੀ। Thank you.
ਤੂੰ ਜਿਹਨੂੰ ਅੱਖ ਭਰ ਕੇ ਵੇਖੇ ਉਹ ਤੇ ਸ਼ਹਿਰ ਛੱਡ ਜਾਂਦਾ ਹੈ, ਮੈਂ ਤੈਨੂੰ ਗੋਲੀ ਮਾਰੀ ਤੂੰ ਫੇਰ ਇਹਨੂੰ ਨਹੀਂ ਛੱਡਿਆ ਹੈ। ਓਏ ਤੂੰ ਪਾਗਲ ਏ, ਖਬਤੀ ਏ ਜਾਂ ਆਪਣੀ ਜ਼ਿੰਦਗੀ ਤੋਂ ਆਜਜ਼ ਏ? ਮੈਂ ਲੱਖਾਂ ਛੱਡ ਕੇ ਇੱਕ ਲਾਲੀ ਤੇ ਅੱਖ ਰੱਖੀ, ਤੂੰ ਮੇਰੀ ਅੱਖ ਤੇ ਅੱਖ ਰੱਖ ਦਿੱਤੀ। ਓਏ ਮੇਰਾ ਦਿਲ ਕੋਈ ਰਸੀ ਦੀ ਟਿਕਟ ਤੇ ਨਹੀਂ ਜਿਹੜਾ ਲੱਗ ਵੀ ਜਾਏ ਤੇ ਲੱਠ ਵੀ ਜਾਏ। ਇਹ ਦਿਲ ਜਿੱਥੇ ਲੱਗ ਗਿਆ ਲੱਗ ਗਿਆ, ਪਰ ਜੇ ਤੂੰ ਇਹਨੂੰ ਲਾਉਣ ਦੀ ਕੋਸ਼ਿਸ਼ ਕਰੇਗਾ ਤੇ ਮੈਂ ਤੈਨੂੰ ਜ਼ਮੀਨ ਦੀ ਤਹਿ ਤੱਕ ਲਾ ਦਿਆਂਗਾ। ਫਿਰ ਖਾਈ ਜਾ ਕੇਲੇ। ਮੈਂ ਕਿਹਾ ਤੂੰ ਮੇਰੇ ਨਾਲ ਵਿਆਹ ਕਰੇਗੀ, ਤੇਰਾ ਮੱਥਾ ਮੈਂ ਸਜਾ ਦਿਆਂ, ਤੇਰੇ ਪੈਰਾਂ ਤੇ ਮਹਿੰਦੀ ਲਵਾ ਦਿਆਂ। ਇਹ ਮੇਰੇ ਵਾਸੀ ਚ ਨਹੀਂ। ਕਿਹਦੇ ਵਾਸੀ ਚ? ਤੇਰਾ ਵੱਡਾ ਛੋਟਾ ਕੌਣ ਹੈ ਮੈਨੂੰ ਦੱਸ, ਮੈਂ ਕਿਹਦੇ ਕੋਲ ਤੇਰਾ ਰਿਸ਼ਤਾ ਲੈਣ ਜਾਵਾਂ? ਕੌਣ ਪਿੰਦਾ ਸੇਠ? ਉਹ ਤੇਰਾ ਪਿਓ ਹੈ। ਉਹ ਮੇਰਾ ਸਰਪ੍ਰਸਤ ਹੈ, ਮੇਰੇ ਵਿਆਹ ਦੀ ਹਾਂ ਨਾ ਦਾ ਉਹਨੂੰ ਪੂਰਾ ਅਖਤਿਆਰ ਹੈ। ਪੂਰੇ ਅਖਤਿਆਰ ਚ? ਉਹ ਮੰਨ ਜਾਏਗਾ? ਹਾਂ ਠੀਕ ਹੈ, ਮੈਂ ਉਹਦੇ ਕੋਲ ਜਾਵਾਂਗਾ। ਕੰਪਨੀ ਵਾਲਾ ਸੇਠ, ਸ਼ਹਿਰ ਤੇ ਕਬਜ਼ਾ ਕਰਨ ਲਈ ਮੈਨੂੰ ਪਹਿਲੇ ਛੋਣੀ ਨੂੰ ਫਤਿਹ ਕਰਨਾ ਪਏਗਾ। ਹੁਣ ਨੂੰ ਵੱਡੇ ਪੁੱਤਰ ਦੇ ਵਿਆਹ ਦੇ ਚਾਰ ਖਰੀਦ ਤੇ ਆਉਂਦੇ। ਓਏ ਹਾਲੇ ਵੀ ਕੀ ਵਿਗੜਿਆ? ਇੱਕ ਸੁਮੇਦਾਰ ਸ਼ੌਹਰ ਬਣਨ ਦੀ ਮੇਰੇ ਚ ਪੂਰੀ ਸਲਾਹੀਅਤ ਹੈ। ਕੀ ਏ ਸਲਾਹੀਅਤ? ਤੇ ਫਿਰ ਆਸਾਂ ਕਰੋ ਕੋਈ ਬੇਵਾ ਔਰਤ ਦੇਖ ਕੇ ਤੇ ਉਹਦੇ ਨਾਲ ਵਿਆਹ ਕਰ ਲਓ। ਸ਼ਾਨੋ ਤੇ ਕਿਸੇ ਨੇ ਮੇਰੇ ਲੱਗੋ ਸ਼ਾਨੋ ਮੇਰੇ ਦਿਲ ਤੇ ਸਵਾਲ ਹੋ ਗਈ। ਕੀ ਹੋ ਗਈ ਹੈ? ਨਾ ਦਿਨ ਦਾ ਸਕੂਨ ਦੇ, ਨਾ ਰਾਤ ਦੀ ਨੀਂਦ ਰਹੀ ਏ। ਉਹ ਮੇਰੇ ਅੰਗ ਅੰਗ ਸਮਾ ਗਈ ਏ, ਸਭ ਪਾਸੇ ਮੈਨੂੰ ਉਹ ਹੀ ਨਜ਼ਰ ਆਉਂਦੀ ਏ। ਉਹ ਕੋਈ ਔਰਤ ਬੋਲੇ ਤੇ ਮੈਨੂੰ ਉਹਦੀ ਆਵਾਜ਼ ਦਾ ਭੁਲੇਖਾ ਪੈਂਦਾ। ਉਹ ਸੇਠ ਜੀ, ਸ਼ਾਨੋ ਦਾ ਖਿਆਲ ਦਿਲ ਚ ਕਰ ਦਿਓ, ਉਹ ਬੜੀ ਚਮਨ ਜਿਹੀ ਕੁੜੀ ਏ। ਉਹ ਕੀ ਏ? ਚਮਨ 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 ਫਿਰਾ ਫਿਰਾ ਫਿਰ
ਲੋਕ ਖੱਟਾ ਕਰਕੇ ਕਿਧਰੇ ਆਪ ਤੇ ਨਹੀਂ ਉਹਨੇ ਦੇਖ ਰੱਖੀ ਹੋਈ। ਉਹ ਮੈਂ ਤੈਨੂੰ ਕੀ ਗੱਲ ਛੱਡਾਂਗਾ, ਮੈਂ ਤੈਨੂੰ ਕਤਲ ਕਰ ਦੇਗਾ। ਕੀ ਕਰ ਦੇਗਾ? ਜਿਹਨੂੰ ਵੇਖੋ ਐਕਟਰੀ ਦਾ ਪੂਲ ਸਵਾ ਰਹੇ। ਡਰਾਈਵਰ ਸਾਹਿਬ ਐਕਟਰ ਬੰਦਾ ਜੇ ਮੇਰੇ ਕੋਲ ਨੌਕਰੀ ਕਰਨੀ ਚਾਹੁੰਦਾ ਹੈ। ਨੌਕਰੀ ਨਹੀਂ ਕਰਨਾ ਚਾਹੁੰਦਾ, ਐਕਟਰ ਨਹੀਂ ਬਣਨਾ ਚਾਹੁੰਦਾ, ਤੇ ਮਠਿਆਈ ਕਾਹਦੀ ਹੈ? ਤੇਰੀ ਇੱਕ ਨਿਗਾਹ ਕੀ ਬਾਤ ਹੈ, ਮੇਰੀ ਜ਼ਿੰਦਗੀ ਕਾ ਲੰਮ। ਓਏ ਮੈਨੂੰ ਦੱਸ, ਓਏ ਮੈਂ ਤੇਰੀ ਜ਼ਿੰਦਗੀ ਕਿਸ ਤਰ੍ਹਾਂ ਬਣਾ ਸਕਦਾ? ਮੇਰੇ ਸਿਰ ਤੇ ਹੱਥ ਰੱਖੋ। ਏ ਐਲ ਰੱਖ ਦਿੱਤਾ, ਸਾਨੂੰ ਮੈਨੂੰ ਦੇ ਦਿਓ। ਖਰਾਬ ਦਾ ਪੁੱਤਰ
ਆਰਾਮ ਕਰੂਗੇ ਇਹਨਾਂ ਵਾਸਤੇ ਬਿਹਤਰ ਹੈ ਫਿਰ ਆ ਜਾਣਗੇ ਡਾਕਟਰ ਸਾਹਿਬ ਨੂੰ ਛੱਡ ਹੈਲੋ ਹਾਂ ਹਾਂ ਮੈਂ ਹੋਟਲ ਹੀ ਜਾ ਗਿਆ ਜਦ ਤੱਕ ਸਿਕੰਦਰਾ ਗ੍ਰਿਫਤਾਰ ਨਹੀਂ ਹੋ ਜਾਂਦਾ ਮੈਂ ਘਰ ਕੋਲ ਜ਼ਿਆਦਾ ਹੋਟਲ ਨੂੰ ਮਹਿਫੂਜ਼ ਸਮਝਦਾ ਹਾਂ ਹਾਂ ਸਕਿਉਰਟੀ ਦਾ ਮੁਕੰਮਲ ਇੰਤਜ਼ਾਮ ਹੈ ਹੋਟਲ ਦਾ ਅਮਲਾ ਮੇਰੇ ਨਾਲ ਹੈ ਤੇ ਪੁਲਿਸ ਥੱਲੇ ਬੈਠੀ ਹੈ ਅੱਛਾ ਖੁਦਾ ਹਾਫਿਜ਼ ਜਲਦੀ ਲਿਆ ਯਾਰ ਭੁੱਖ ਬੜੀ ਲੱਗੀ ਸਿਕੰਦਰ ਨਹੀਂ ਸਿਕੰਦਰ ਨਹੀਂ ਨਹੀਂ ਉੱਠ ਕੇ ਖਲੋ ਜਾਏ ਸਿਕੰਦਰ ਨਹੀਂ ਮੈਨੂੰ ਮਾਫ ਕਰ ਦੇ ਮੈਨੂੰ ਮਾਫ ਕਰ ਦੇ ਹੁਣ ਬਹੁਤ ਮੁਸ਼ਕਲ ਹੈ ਨਹੀਂ ਮੈਨੂੰ ਮਾਫ ਕਰ ਦੇ ਸਿਕੰਦਰ ਇਸ ਦੁਨੀਆ 'ਚ ਮਾਫੀ ਦੇ ਬਦਲੇ ਮਾਫੀ ਤੇ ਖੂਨ ਦੇ ਬਦਲੇ ਖੂਨ ਸਿਕੰਦਰਾ ਉਹ ਮੇਰੇ ਸਾਥੀਆਂ ਦੀ ਲਾਸ਼ਾਂ ਨੂੰ ਪੌੜੀ ਬਣਾ ਕੇ ਮੇਰੇ ਤੱਕ ਆ ਰਿਹਾ ਉਹ ਮਾਰ ਦੇਗਾ ਸਾਹਿਬ ਬਹਾਦਰ ਮੈਨੂੰ ਮਾਰ ਦੇਗਾ ਇਸ ਝੂਠੇ ਮੁਕੱਦਮੇ ਦੀ ਤਰਹੀਬ ਦੇ ਕੇ ਤੂੰ ਕਾਨੂੰਨ ਦੀ ਤੌਹੀਨ ਕਰ ਰਿਹਾ ਆਪਣੀ ਜ਼ਿੰਦਗੀ ਲਈ
ਰਹਿਣ ਦੀ ਅਪੀਲ ਕਰ ਰਿਹਾ। ਮੈਂ ਝੂਠਾ ਮੁਕਦਮਾ ਨਹੀਂ ਬਣਾ ਸਕਦਾ। ਤੇ ਤੁਹਾਡੀ ਖਾਹਿਸ਼ ਹੈ ਕਿ ਮੈਂ ਮਰ ਜਾ? ਆਪਣੇ ਘਰ ਦੀ ਚਾਰ ਦੀਵਾਰੀ 'ਚ ਆਰਾਮ ਨਾਲ ਬਹਿ ਜਾਓ, ਕਾਨੂੰਨ ਤੁਹਾਡੇ ਦਰਵਾਜ਼ੇ ਤੇ ਪਹਿਰਾ ਦੇਗਾ। ਬਹਿ ਜਾਵਾਂ, ਬਹਿ ਜਾਵਾਂ, ਬਹਿ ਜਾਵਾਂਗਾ, ਬਹਿ ਜਾਵਾਂਗਾ। ਕੁਝ ਪਤਾ ਲੱਗਾ ਜੀ, ਚਾਂਦੀ ਵਾਲੇ ਨੇ ਆਪਣੇ ਬੂਹੇ ਤੇ ਪੁਲਿਸ ਦਾ ਪਹਿਰਾ ਲਾਇਆ, ਮਾਵਲ ਨੇ ਦਰਵਾਜ਼ੇ ਤੇ ਸੂਲੀ ਕਰ ਲਈ ਹੈ। ਉਹਨੇ ਜਾ ਕੇ ਕਹੋ ਸੇ ਪੁਲਿਸ ਦਾ ਪਹਿਰਾ ਚੁੱਕ ਦੇ, ਜੇ ਸਿਕੰਦਰਾ ਪੁਲਿਸ ਦੇ ਕਬਜ਼ੇ 'ਚ ਫਸ ਗਿਆ ਤੇ ਉਹ ਸਾਡੇ ਕਰਤੂਤ ਦੱਸੇਗਾ ਤੇ ਅਸੀਂ ਪਾਏ ਵੀ ਲੱਗ ਸਕਦੇ ਹਾਂ। ਇਹ ਤੇ ਸੋਚ, ਪਹਿਰਾ ਚੁੱਕਿਆ ਗਿਆ ਤੇ ਚਾਂਦੀ ਵਾਲੀ ਦੀ ਟਿਕਟ ਕੱਟ ਜਾਏਗੀ। ਕੌਣ ਕਿਹਦੀ ਟਿਕਟ ਕੱਟੇਗਾ ਸੇਠ? ਜੇਲੋ ਕਦੋਂ ਆਏ? ਅੱਜ ਸਵੇਰੇ। ਤੇਰੇ ਪਿੱਛੋਂ ਇੱਕ ਸਿਕੰਦਰਾ ਸਾਡੀ ਜਾਨ ਦਾ ਅਜ਼ਾਬ ਬਣ ਗਿਆ, ਹੁਣ ਮਗਰੋਂ ਲਾ ਦੇ। ਲਿਖਣ ਵਾਲੇ ਨੇ ਬੰਦਾ ਮਾਰ ਕੇ ਰੋਟੀ ਖਾਣਾ ਮੇਰੇ ਨਸੀਬ 'ਚ ਲਿਖ ਦਿੱਤਾ। 21,000 ਕੱਟ ਆਏ, ਰਕਮ ਸੁੱਟੋ। ਦੂਜੇ ਮਾਰ ਕੇ ਔਰ ਇਹ ਕਤਲ ਫੇਰ ਦੇ ਤੋਂ ਜ਼ਿਆਦਾ। ਕਮਲੀ ਨੂੰ ਤਰਸਦਿਆਂ ਛੱਡ ਕੇ ਅੱਖਾਂ ਤੋਂ ਦੂਰ ਚਲਾ ਜਾਣਾ ਹੈ, ਪਰ ਦਿਲੋਂ ਦੂਰ ਨਹੀਂ ਜਾਂਦਾ। ਦੱਸ, ਤੈਨੂੰ ਕਿੱਥੇ ਲੱਭਾਂ? ਹੁਣ ਤੈਨੂੰ ਨਹੀਂ ਲੱਭਣਾ ਪਏਗਾ, ਇਹਨੂੰ ਮਾਰ ਕੇ ਇਹਦੀ ਕਬਰ ਬਣਾ ਦਿਆਂਗਾ। ਉੱਥੇ ਹਰ ਜੁਮੇ ਰਾਤ ਨੂੰ ਇਹਦੇ ਨਾਲ ਮੁਲਾਕਾਤ ਕਰ ਲਿਆ ਕਰੀ। ਪਹਿਲਾਂ ਆਪਣੀ ਸ਼ਨਾਖਤ ਕਰਾਏ, ਤੇਰੀ ਮੌਤ। ਕਮਲੀ ਦੇ ਕੋਲ ਵੇ ਮਾਹੀ ਵੇ।
मकान तो अपना जी नहीं किराए दा क्यों सेठ ने तो मकान लेके नहीं देता कौन सेठ माँ जी कंपनी वाला सेठ पुत्र ओ सिर सड़िया तेन तनखा नहीं देंदा मकान लेके कितों देगा वैसे माँ जी अगर सेठ चाहता ना गोली मारो जी उन्हें तुसी बैठो तुसी रखो थैंक यू तुसी रोटी खाओगे जी मैं माँ जी तुसी इन्हें रोटी ले आके दो बेटा असी ते खाली दाल पकी हुई है लो एकड़ चिकन शेष लिखा मैंने ਇਹ ਵੀ ਤੇ ਸਾਡੇ ਵਰਗੇ ਹੀ ਗਰੀਬ ਨੇ ਕਦੇ ਕਦੇ ਇਹਨਾਂ ਨੂੰ ਦਾਲ ਰੋਟੀ ਵੀ ਨਹੀਂ ਲੱਭਦੀ ਲਿਆ ਦਿਓ ਨਾ ਬੈਠੋ ਨਾ ਸੀਮਾ ਜੀ ਇਹ ਸੇਠ ਦੇ ਰੋਮੈਂਸ ਵਾਲੀ ਗੱਲ ਤੁਸੀਂ ਮਾਂ ਜੀ ਨੂੰ ਨਹੀਂ ਦੱਸੀ ਲਓ ਤੁਸੀਂ ਤੇ ਬੱਚਿਆਂ ਵਾਲੀ ਗੱਲ ਪੇ ਕਰਦੇ ਹੋ ਇਹੋ ਜਿਹੀਆਂ ਗੱਲਾਂ ਮਾਵਾਂ ਨਾਲ ਕਰਨ ਵਾਲੀਆਂ ਲੈ ਬੇਟਾ ਖਾਣਾ ਖਾ ਲੈ ਲਿਓ ਮਾਂ ਜੀ ਤੁਸੀਂ ਹੁਣ ਖਾਣਾ ਖਾਓ मैं कपड़े बदल के आनी हूँ बैठो ना माँ जी अच्छा अच्छा बेटा जी ताड़े माँ बाप ताड़े कोल ही रहते ने जी नहीं अल्लाह कोल ओहो बड़ा ही अफसोस हुए ताड़ी तनख्वाह कितनी है ओ जी ऐ कोई 2000 रुपए अच्छा अच्छा माशाल्लाह माशाल्लाह एक गल और पूछा पूछो शादी हो गई है जी हाल ही नहीं अच्छा अच्छा खाना खा लिया जी हाँ जी माँ जी मैं बस इस कितने तक के खाने फिरांगी ऐ जा रहे ने मन कंपनी ला देंगे ठीक है बेटा जी बिल्कुल ठीक अच्छा माँ जी उन्हें इजाजत दो अच्छा बेटा खुदा हाफिज माँ जी पर तुसी ते सेठ अनवर नाल शादी करोगे उते रोज मेरे पैरी पैंदा है करदे क्यों नहीं डरनी आ कादे तो अमीर आदमी है मेरे नाल शादी करके मेरे ते सौंकनी ना ले आवे I love you. मैं जवाब सुनने लई बागिश तेरा इंतजार करूंगा सलाम अलैकुम जी सेठ साहब कौन
ਪਤਾ ਨਹੀਂ ਇਹ ਮੇਰੇ ਕਸ ਖਾਸ ਮੈਂ ਨਾ ਤਾਂ ਕਰਨ ਦੇ ਨਾ ਕਿਤੇ ਨਾ ਕਰੇ ਅਜੇ ਪਤਾ ਕੀ ਹੈ ਪਤਾ ਨਹੀਂ ਇਹ ਉਸ ਮੁਕਦਮੇ ਦੀ ਨਕਲ ਹੈ ਜਿਹੜਾ ਮੇਰੇ ਤੇ ਕਰ ਰਹੇ ਨੇ ਇਹ ਮੈਂ ਪੜਾ ਲਿਆ ਸਨ ਤਾਂ ਕਿ ਮੇਰਾ ਖੂਨ ਖੁਸ਼ਕ ਹੋਵੇ ਕਿਉਂ ਬੈ ਖੂਨ ਖੁਸ਼ਕ ਤੇ ਸੇਠ ਸਾਹਿਬ ਜੋ ਇਹਨਾਂ ਦਾ ਦੇਣਾ ਦੇ ਦਿਓ ਮੈਂ ਤੇ ਇਹ ਕਹਿ ਕੇ ਇਹਨਾਂ ਦਾ ਮੂੰਹ ਬੰਦ ਕੀਤਾ ਹੋਇਆ ਸੀ ਕਿ ਸੇਠ ਮੇਰੇ ਡਰਾਮੇ ਤੇ ਪੈਸਾ ਲਾ ਰਿਹਾ ਹੈ ਕੀ ਲਾ ਰਿਹਾ ਪੈਸਾ ਕਿਹੜਾ ਸੇਠ ਸੇਠ ਅਨਵਰ ਇਹ ਕਹਿੰਦੇ ਨੇ ਸਾਨੂੰ ਸੇਠ ਅਨਵਰ ਨਾਲ ਮਿਲਾ ਦੇ ਅਸੀਂ ਤੇਰੇ ਕੋਲੋਂ ਕਰਜ਼ ਨਹੀਂ ਮੰਗਾਂਗੇ ਤੇ ਮੈਂ ਪਰਸੋਂ 4 ਵਜੇ ਦਾ ਇਹਨਾਂ ਨਾਲ ਵਾਅਦਾ ਕਰ ਬੈਠਾ ਕੀ ਕਰ ਬੈਠਾ ਵਾਅਦਾ ਲੈ ਨਹੀਂ ਸੇਠ ਸਾਹਿਬ ਨਹੀਂ ਇਹ ਮੇਰੀ ਇੱਜ਼ਤ ਦਾ ਸਵਾਲ ਹੈ ਜੇ ਸੇਠ ਅਨਵਰ ਪਰਸੋਂ 4 ਵਜੇ ਨਾ ਆਇਆ ਇਹ ਜ਼ਾਲਮ ਇਨਸਾਨ ਮੇਰੇ ਲੈਣਦਾਰ ਮੇਰੇ ਤੇ ਮੁਕੱਦਮਾ ਦਾਇਰ ਕਰ ਦੇਣਗੇ ਮੈਨੂੰ ਹਸਕਰੀ ਲੱਗ ਜਾਏਗੀ ਤੇ ਅੰਦਰ ਤੂੰ ਵੀ ਹੋ ਜਾਏਗੀ ਕੀ ਹੋ ਜਾਏਗੀ ਅੰਦਰ ਹਾਂ ਇਸ ਲਈ ਤੂੰ ਸੇਠ ਅਨਵਰ ਨੂੰ ਮਜਬੂਰ ਕਰਕੇ ਪਰਸੋਂ 4 ਵਜੇ ਆ ਜਾ ਭਾਵੇਂ ਬਿਜਲੀ ਦੇ ਲਿਸ਼ਕਾਰੇ ਵਾਂਗੂ ਇਹਨਾਂ ਨੂੰ ਸ਼ਕਲ ਵਿਖਾ ਕੇ ਚਲਾ ਜਾ ਕੀ ਵਿਖਾ ਕੇ ਚਲਾ ਜਾ ਅੰਦਰ ਕੀ ਫੈਸਲਾ ਕੀਤਾ ਜੀ ਫੈਸਲੇ ਨੂੰ ਗੋਲੀ ਮਾਰ ਪਹਿਲੇ ਮਨ ਮੁਸੀਬਤ ਚੋਂ ਕੱਢ ਕਾਦੀ ਮੁਸੀਬਤ ਸੁਣ ਹੋਇਆ ਕੀ ਸੀ ਤੇਰਾ ਸੇਠ ਸਮਝ ਬੈਠਿਆ ਕਿ ਤੈਨੂੰ ਮੇਰੇ ਨਾਲ ਤੇਰੇ ਨਾਲ ਨਹੀਂ ਨਹੀਂ ਸੇਠ ਅਨਵਰ ਨਾਲ ਪਿਆਰ ਹੈ ਮੈਂ ਤੈਨੂੰ ਇੰਟਰਵਿਊ ਜੋ ਕੁਝ ਦੱਸਿਆ ਸਭ ਝੂਠ ਸੀ ਤੂੰ ਯਕੀਨ ਕਰ ਮੈਂ ਤੇ ਸੇਠ ਅਨਵਰ ਦੀ ਕਦੀ ਸ਼ਕਲ ਹੀ ਨਹੀਂ ਦੇਖੀ ਪਰ ਸਾਡੇ ਸੇਠ ਨੂੰ ਕਰਜ਼ਾ ਲੈਣ ਵਾਲਿਆਂ ਨੇ ਤੰਗ ਕੀਤਾ ਆ ਉਹਨੇ ਕਿਹਾ ਇਹਨਾਂ ਨੂੰ ਸੇਠ ਅਨਵਰ ਨਾਲ ਮਿਲਾ ਜੇ ਸੇਠ ਅਨਵਰ ਨਾ ਮਿਲਿਆ ਤੇ ਮੁਕੱਦਮਾ ਦਰਜ ਹੋ ਜਾਏਗਾ ਤੇ ਅਸੀਂ ਸਾਰੇ ਅੰਦਰ ਹੋ ਜਾਵਾਂਗੇ ਤੂੰ ਫਿਕਰ ਨਾ ਕਰ ਸੇਠ ਉਹਨਾਂ ਨੂੰ ਜ਼ਰੂਰ ਮਿਲੇਗਾ ਤੂੰ ਸੇਠ ਨੂੰ ਲੈ ਕੇ ਆਏਗਾ ਮੈਂ ਆਪ ਉੱਥੇ ਸੇਠ ਬਣ ਕੇ ਆਵਾਂਗਾ ਤੂੰ ਸੇਠ ਦਾ ਨੌਕਰ ਨਹੀਂ ਲੱਗਦਾ ਤੇ ਸੇਠ ਕਿਵੇਂ ਲੱਗੇਗਾ ਪਰ ਤੂੰ ਇੱਕ ਗੱਲ ਨਹੀਂ ਜਾਣਦੀ ਓਕੇ ਮੇਰੀ ਸ਼ਕਲ ਸੇਠ ਨਾਲ ਲੈਸ ਤੱਕ ਮਿਲਦੀ ਹੈ ਕਿ ਉਹ ਸਾਹਮਣੇ ਆ ਜਾਏ ਨਾ ਤੇ ਤੂੰ ਉਹਨੂੰ ਇੰਟਰਵਿਊ ਦੇਣ ਲੱਗ ਪੈਣ ਦੱਸ ਉਹਨੂੰ ਕਦੋਂ ਮਿਲਣਾ ਪਰਸੋਂ 4 ਵਜੇ ਨਾਲੇ ਗੱਲ ਸੁਣਾ ਉਹ ਸੇਠ ਵੱਡੇ ਆਦਮੀ ਨੇ ਤੂੰ ਕੀ ਸਮਝਣਾ ਠੀਕ 4 ਵਜੇ ਆ ਜਾਏਗਾ ਉਹ ਵੱਡੇ ਆਦਮੀ ਦੀ ਪਹਿਚਾਣ ਹੈ ਕਿ ਉਹ ਦੌੜ ਨਾਲ ਆਉਂਦਾ ਹੈ ਕਿਹਦੇ ਨਾਲ ਆਉਂਦਾ ਹੈ ਤੂੰ ਸੇਠ ਨੂੰ ਮਿਲੀ ਸੈਨਾ ਜੀ 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 ਸੇਠ ਆਵੇਗਾ ਨਾ ਮਸਰੂਫ ਆਦਮੀ ਨੇ ਸ਼ਾਇਦ ਨਾ ਬਾਬਾ ਵਾਸਤੇ ਜੀ ਨਾ ਨਿਤਾ ਸਾਰਾ ਖਰਚਾ ਉਧਾਰ ਖਾਤੇ ਜਮਾ ਹੋ ਜਾਏਗਾ ਲੋ ਆ ਗਏ ਵੈਲਕਮ ਵੈਲਕਮ ਹੋ ਖੁਸ਼ ਨਸੀਬ ਹੈ ਤਾਂ ਹਰ ਜਗ੍ਹਾ ਰਹੀ ਹਮਾਰਾ ਖਤਮ ਹੈ
थैंक यू वेरी मच। रईस ये डायलॉग बोलन दिनु सवेरे 200 रुपए देते सन। आजा। हाय स्टेशन पर। हाय अरे हाउ आर यू। तनु तनु 100 रुपए देके बुलाए। आजा। दोस्तों मैं तुहाडे सारे वालों शेख अनवर साहब का शुक्रगुजार हाँ कि इतने तशरीफ ले आए। मैं बेटी सीमा का भी शुक्रगुजार हाँ कि जिसकी वजह से शेख साहब इतने आए। ਤੇ ਮੈਂ ਤੁਹਾਨੂੰ ਵੀ ਖੁਸ਼ਖਬਰੀ ਸੁਣਾਉਂਦਾ ਵਾਂ ਕਿ ਸੇਖ ਸਾਹਿਬ ਸਾਡੀ ਕੰਪਨੀ 'ਚ 5 ਲੱਖ ਰੁਪਈਆ ਲਾ ਦਿੱਤੇ ਤਾਨੀਆਂ। ਪੰਜ ਲੱਖ ਜੇ ਕੋਈ ਇਹ ਚਾਹੁੰਦਾ ਹੈ ਤੇ ਇਹ ਥੋੜ੍ਹਾ ਘੱਟ ਕਰ ਲੈਂਦੇ ਹਾਂ 4 ਲੱਖ 3 ਲੱਖ 2। ਨਹੀਂ ਨਹੀਂ ਸੇਠ ਜੀ 10 ਲੱਖ ਕਰ ਦਿਓ। ਕਿੰਨੇ ਲੱਖ ਕਰ ਲਈਏ ਜੀ? ਦੇਖੋ ਮੈਂ ਹੋ ਦੌਲਤ ਦੇ ਬਟਨ ਨਾਲ ਇਹ ਬਟਨ ਵੱਢ ਦੇਣਾ। ਇਹ ਚੈੱਕ ਬੁੱਕ ਕਿੱਥੋਂ ਲੈ? ਰਤੀ ਵਾਲੇ ਕੋਲੋਂ 4 ਆਨੇ ਦੀ ਲਈਏ। ਲੈ ਲਓ ਰਕਮ, ਹੁਣ ਤੁਸੀਂ ਆਪ ਭਰ ਲਓ। ਦੋਸਤੋ ਕੱਲ੍ਹ ਚੱਕ ਦੀ ਖੁਸ਼ੀ 'ਚ ਹੋਵੇਗਾ ਸਾਡੀ ਕੰਪਨੀ ਦਾ ਪਹਿਲਾ ਸ਼ੋਅ।
चेक वापस ले लो। क्यों? वो चेक झूठा सी। झूठा सी? ते देन वाला सेठ अंदर नहीं, रिपोर्टर सी। किसी? रिपोर्टर? जी। हाँ, धोखा, फ्रॉड, फ्रॉड, अंदर आयो, 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 आती है। मजाक करने की क्यों जरूरत सी? सीमा, तू मजाक कीता, मैं स्वाद लिया। मैं मजाक कीता, तू भी मजा ले। सीमा, मैंने एक देवी दी तलाश सी, मेरे ना एक दिल आया सी। मैं तहकीक करने निकलिया, तेरे तक आया। तू झूठ बोल दी गई, मैं दिलचस्पी लेंदा गया। तेरा कार वेख्या, तेरी मां वेखी, दिल ने किया, जिदी तलाश सी ओ तू ही। बेटा, रब ने ताड़ी जोड़ी बनाई है, ते मैं तोड़न वाली कौन हूं? जिस तरह मैं तेनू गरीब समझनी सा, पर तू गरीब नहीं सी।
ਇਸੇ ਤਰ੍ਹਾਂ ਤੂੰ ਮੈਨੂੰ ਇਹਦੀ ਮਾਂ ਸਮਝਣਾ ਹੈ, ਪਰ ਮੈਂ ਇਹਦੀ ਮਾਂ ਨਹੀਂ। ਤੁਸੀਂ ਮਾਂ ਨਹੀਂ? ਨਹੀਂ ਬੇਟਾ, ਮੈਂ ਇਹਨੂੰ ਮਾਂ ਬਣ ਕੇ ਪਾਲਿਆ ਜ਼ਰੂਰ ਹੈ, ਇਸ ਦੁਨੀਆ ਚ ਇਹਦਾ ਇੱਕ ਵੀਰ ਹੈ ਤੇ ਇੱਕੋ ਹੀ ਦੁਆ ਹੈ ਕਿ ਉਹ ਮਿਲ ਜਾਏ ਤੇ ਉਹ ਆਪਣੀ ਮਾਂ ਚਾਈ ਨੂੰ ਆਪ ਦੁਆਵਾਂ ਦੇ ਕੇ ਰੁਖਸਤ ਕਰੇ। ਵੀਰਾ, ਅੱਗੇ ਕਿਸ ਤਰ੍ਹਾਂ ਆ ਗਏ ਹੋ ਬਦਸ਼ਕਲੋ? ਮੈਂ ਤੂੰ ਜ਼ਖਮ ਤੇ ਨਹੀਂ ਆ ਗਿਆ ਕਾਸੂ? ਮੈਂ ਤੇਰੀ ਜਾਨ ਬਚਾਈ ਹੈ। ਓਏ ਤੂੰ ਤੇ ਆਪ ਮੌਤ ਦਾ ਏਜੰਟ ਹੈ, ਮੈਨੂੰ ਬਚਾ ਕੇ ਕੀ ਕਮਾਉਣਾ ਚਾਹੁੰਦਾ? ਇਹ ਕੰਮ ਅਸਾਂ ਪਹਿਲੋਂ ਉਸ ਕੀਤਾ ਹੈ ਤਾਂ ਕਿ ਤੂੰ ਆਪਣੇ ਦੁਸ਼ਮਣ ਸਿਕੰਦਰੇ ਦਾ ਖਾਤਮਾ ਕਰ ਸਕੇ। ਇਹਦਾ ਮਤਲਬ ਹੈ ਤੁਸੀਂ ਮੇਰੇ ਤੇ ਇਹਸਾਨ ਕੀਤਾ? ਨਹੀਂ ਨਹੀਂ, ਅਸਾਂ ਤੇ ਤੇਰੇ ਇੰਤਕਾਮ ਵਿੱਚ ਹਿੱਸਾ ਪਾਇਆ ਹੈ। ਸ਼ੇਰ ਦੇ ਸ਼ਿਕਾਰ ਵਿੱਚ ਕੁੱਤੇ ਕਦੀ ਹਿੱਸੇਦਾਰ ਨਹੀਂ ਬਣਦੇ। ਆਪਣਾ ਇੰਤਕਾਮ ਮੈਂ ਆਪ ਲਵਾਂਗਾ। ਇਹ ਤੇ ਬੜਾ ਅਹਿਸਾਨ ਫਰਾਮੋਸ਼ ਨਿਕਲਿਆ ਹੈ। ਇੱਥੇ ਤਾਂ ਕੋਈ ਨੀ। ਕੋਈ ਕੋਈ ਨੀ, ਠੀਕ ਹੈ ਫਿਰ ਤੁਸੀਂ ਜਾਓ ਜਾਓ ਤੁਸੀਂ। ਹੁਣ ਕੀ ਹੋਇਆ? ਹਵਾ ਨਾਲ ਕਿਉਂਕਿ ਖੁੱਲ ਗਈ ਹੈ। ਤੁਸੀਂ ਆਰਾਮ ਕਰੋ। ਚੰਗਾ, ਤੁਸੀਂ ਜਾਓ ਜਾਓ। ਬਿੱਲੀ ਸਾਹਿਬ ਜੀ ਕੌਜ ਮਾਰ ਦਿਆ? ਬਿੱਲੀ? ਨਹੀਂ ਨਹੀਂ ਨਹੀਂ, ਤੁਸੀਂ ਜਾਓ, ਤੁਸੀਂ ਆਰਾਮ ਕਰੋ ਜੀ। ਕੌਣ ਹੈ ਤੂੰ? ਸਰਕਾਰ ਦੁੱਧ ਲੈ ਕੇ ਆਇਆ। ਅੱਛਾ, ਮੈਨੂੰ ਆ ਕੇ ਇੱਕ ਚਾਹ ਬਣਾ ਕੇ ਬਾਹਰ ਭੇਜੇ। ਅੱਛਾ ਜੀ।
ਲਈ ਉਚਵਾ ਨਿਕਲ ਆਇਆ ਹੋਣਾ। ਮਲ ਚੱਕ ਵੱਡ ਹੱਥ ਨੂੰ ਆਪਣੇ ਤਾਖ ਕਾਸੂ ਤੂੰ ਜ਼ਿੰਦਾ ਹੈ ਤੁਹਾਰਾ ਜ਼ਿੰਦਗੀ ਮਿਲੀ ਆ ਤੇ ਜਾ ਜਾ ਕੇ ਪੁਰਾਣੇ ਗੁਨਾਹਾਂ ਦੀ ਮਾਫੀ ਮੰਗ ਮੰਗਣਾ ਜ਼ਰੂਰ ਮੰਗਣਾ ਮੰਗਣਾ ਤੇਰੇ ਕੋਲ ਅੱਖੀਆਂ ਜਿਹੜੀਆਂ ਤੂੰ ਮੇਰੀ ਪਸੰਦ ਤੇ ਰੱਖੀਆਂ ਅੱਖਾਂ ਦੁਸ਼ਮਣ ਪਹਿਚਾਣਦੀਆਂ ਨੇ ਮੰਗਤਾ ਬਣ ਗਿਆ ਤੇ ਮੇਰੇ ਕੋਲ ਸਿਰ ਦਾ ਸਦਕਾ ਮੰਗ ਹੁਣ ਅੱਖੀਆਂ ਹੀ ਨਹੀਂ ਤੇਰਾ ਸਿਰ ਵੀ ਲਾਵਾਂਗਾ ਜੇ ਤੇਰਾ ਵੀਰ ਤੈਨੂੰ ਸੰਗਲ ਪਾ ਕੇ ਰੱਖਣੀ ਆ ਚੌਕੇ ਮੇਰੇ ਗੱਲ ਹੀ ਪੈਂਦਾ ਕਿਉਂ ਵੀਰਾ ਐਵੇਂ ਹੀ ਅੱਖ ਵਿੱਚ ਰੜਕਦਾ ਪਰਾਂ ਕਰ ਤੂੰ ਦੱਸ ਕਿੱਧਰ ਆਈ ਹੈ ਜਿਸ ਵੀਰ ਨੂੰ ਅੱਜ ਤੱਕ ਪਈ ਉਡੀਕਣੀ ਆ ਅੱਜ ਫਿਰ ਉਹਦੇ ਮਿਲਣ ਦੀ ਆਸ ਲੈ ਕੇ ਆਈ ਆ ਰੱਬਾ ਅਸੀਂ ਮੰਦੇ ਨਾ ਕੰਮ ਚੰਗੇ ਸਿਫਾਰਿਸ਼ ਦੇ ਕਾਬਲ ਵੀ ਨਹੀਂ ਇਸ ਕਮਲੀ ਦਾ ਵਿਛੜਿਆ ਵੀਰ ਮਿਲਾ ਦੇ ਤੇਰੇ ਅੱਗੇ ਸ਼ੁਕਰ ਦੇ ਬੜੇ ਸਜਦੇ ਕਰਾਂਗਾ ਰੱਬਾ ਵਾਸਤੇ ਰਸੂਲ ਦਾ ਤੇ ਪੰਤਨ ਪਾਕ ਦਾ ਸਦਕਾ ਵਿਛੜਿਆ ਮਿਲਾਉਣ ਦਾ ਸਬਬ ਬਣਾ ਦੇ ਬਾਤ ਸਾਨੂੰ ਫੜਾ ਰਿਹਾ ਹੈ
ਨੂੰ ਚਪੇੜਾਂ ਮਾਰੀਆਂ ਸਨ ਤੇ ਤੂੰ ਮੇਰੀ ਇੱਜ਼ਤ ਬਚਾਈ ਏ। ਦੁਸ਼ਮਣ ਦੀ ਸਹੀ ਹੈ ਤੇ ਭੈਣ ਨਾ। ਮੇਰੇ ਵੀਰ ਦੇ ਗਲੇ ਚ ਭੈਣ ਦੀ ਨਿਸ਼ਾਨੀ ਬਣ ਕੇ ਰਹੇਗੀ। ਮੈਂ ਨਾ ਜਿਉਂਦਾ ਜੇ ਨਾ ਹੁੰਦੀ ਤੇਰੇ ਮਿਲਣ ਦੀ ਆਸ, ਸ਼ੁਕਰ ਖੁਦਾ ਦਾ ਅੱਜ ਬੁੱਝ ਗਈ ਏ ਦੋਤੀਆਂ ਦੀ ਪਿਆਸ, ਸ਼ੁਕਰ ਖੁਦਾ ਦਾ ਅੱਜ ਬੁੱਝ ਗਈ ਏ ਦੋਤੀਆਂ ਦੀ ਪਿਆਸ, ਆਖਿਰ ਮਿਲ ਗਏ ਸਹਿਲਿਆਂ ਤੋਂ ਜਿੰਨਾ ਦੁੱਖ ਸੀ ਸਹਿਣਾ, ਪਿਆਰ ਦੀ ਬੋਲੀ ਬੋਲੇ ਇੱਕ ਤੋਤਾ ਇੱਕ ਮੈਨਾ, ਪਿਆਰ ਦੀ ਬੋਲੀ ਬੋਲੇ ਇੱਕ ਤੋਤਾ ਇੱਕ ਮੈਨਾ, ਦੋਵਾਂ ਵਾਦਾ ਕੀਤਾ ਅਸਾਂ ਕੱਠਿਆਂ ਹੀ ਰਹਿਣਾ, ਪਿਆਰ ਦੀ ਬੋਲੀ ਬੋਲੇ ਇੱਕ ਤੋਤਾ ਇੱਕ ਮੈਨਾ, ਪਿਆਰ ਦੀ ਬੋਲੀ ਬੋਲੇ ਇੱਕ ਤੋਤਾ ਇੱਕ ਮੈਨਾ। ਸੀਮਾ ਵੀਰਾ ਵਾਹ 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 ਵਾਹ, ਕਿਆ ਬਾਤ ਹੈ, ਸਾਈਆਂ ਕਿਧਰੇ ਤੇ ਵਧਾਈਆਂ ਕਿਧਰੇ, ਸਾਨੂੰ ਪਿਆਰ ਦੀ ਮਲੰਗਨੀ ਬਣਾ ਕੇ ਤੂੰ ਜੱਫੀ ਕਿਸੇ ਹੋਰ ਨਾਲ ਪਾਈ। ਇਹ ਮੇਰੀ ਵਿਛੜੀ ਹੋਈ ਭੈਣ ਹੈ। ਭੈਣ ਤੇ ਤੇਰੇ ਦੇ ਤੋਂ ਲਾਲੀ ਵੀ ਕੁਰਬਾਨ ਹੈ। ਮਾਂ ਮਾਂ ਮੇਰਾ ਵੀਰ ਮਿਲ ਗਿਆ, ਮਾਂ ਮਾਂ ਇਹ ਉਸ ਦਿਨ ਹੈ ਜਿਨ੍ਹਾਂ ਨੇ ਮੇਰੇ ਤੇ ਦੁੱਖ ਦਾ ਸਾਇਆ ਨਹੀਂ ਪੈਣ ਦਿੱਤਾ, ਮੈਨੂੰ ਮਾਂ ਬਣ ਕੇ ਪਾਲਿਆ। ਕਿਉਂ ਗੁਨਾਹਗਾਰ ਕਰਨਾ ਭਰਾ, ਜੇ ਇਨਸਾਨ ਨੂੰ ਸਜਦਾ ਕਰਨ ਦਾ ਹੁਕਮ ਆਉਂਦਾ ਤੇ ਮੈਂ ਇਹਨਾਂ ਪੈਰਾਂ ਤੇ ਸਜਦਾ ਜ਼ਰੂਰ ਕਰਦਾ। ਤੁਸੀਂ ਮੇਰੀ ਇੱਜ਼ਤ ਤੇ ਮਮਤਾ ਦੀ ਛਾਂ ਦਿੱਤੀ ਹੈ ਮਾਂ ਜੀ, ਮੈਂ ਤੁਹਾਡਾ ਕਿਸ ਤਰ੍ਹਾਂ ਸ਼ੁਕਰੀਆ ਅਦਾ ਕਰਾਂ। ਨਹੀਂ ਬੇਟਾ, ਮੈਂ ਤੇਰੇ ਤੇ ਕੋਈ ਅਹਿਸਾਨ ਨਹੀਂ ਕੀਤਾ, ਤੂੰ ਆ ਇੱਧਰ ਆ ਮੇਰੇ ਨਾਲ। ਤੂੰ ਮਿਲ ਗਿਆ, ਇਹ ਬੜੀ ਖੁਸ਼ੀ ਦੀ ਗੱਲ ਹੈ। ਮੈਂ ਇੱਕ ਥਾਂ ਤੇ ਸੀਮਾ ਦਾ ਰਿਸ਼ਤਾ ਤੈਅ ਕੀਤਾ, ਚੱਲ ਕੇ ਵੇਖ ਲੈ, ਜੇ ਤੈਨੂੰ ਪਸੰਦ ਹੋਵੇ ਤੇ ਉਹਦੇ ਹੱਥ ਪੀਲੇ ਕਰ ਦਈਏ। ਤੁਸੀਂ ਮਾਂ ਹੋ ਤੇ ਔਲਾਦ ਦੀ ਮਾਂ ਤੋਂ ਬਿਹਤਰ ਹੋਰ ਕੌਣ ਸੋਚ ਸਕਦਾ ਹੈ। ਤੁਸੀਂ ਤੇ ਉਹਦਾ ਭਰਾ ਹੈ ਤੇ ਭਰਾ ਲਈ ਭੈਣ ਦਾ ਸੁਹਾਗ ਵੇਖਣਾ ਬੜਾ ਜ਼ਰੂਰੀ ਹੁੰਦਾ ਹੈ। ਮਾਂ ਜੀ ਠੀਕ ਕਹਿ ਰਹੀ, ਤੂੰ ਜਾ ਕੇ ਮੁੰਡੇ ਤੇ ਨਜ਼ਰ ਮਾਰ ਤੇ ਮੈਂ ਮਾਂ ਜੀ ਨਾਲ ਮਿਲ ਕੇ ਸੀਮਾ ਨੂੰ ਵੋਟੀ ਬਣਾਉਣ ਦੀ ਤਿਆਰੀ ਕਰਨੀ ਆ। ਸਾਡੀਆਂ ਖੁਸ਼ੀਆਂ ਵਿੱਚ ਸ਼ਰੀਕ ਹੋਣ ਵਾਲੀ ਤੂੰ ਕੌਣ ਦੀ ਹੈ? ਹਾਲੀ ਤੇ ਸਿਰਫ ਮੈਂ ਲਾਲੀ ਹਾਂ ਮਾਂ ਜੀ, ਪਰ ਦੁਆ ਕਰੋ ਮੈਂ ਸਿਕੰਦਰੇ ਦੇ ਅੱਖਾਂ ਦੀ ਲਾਲੀ ਬਣ ਜਾ। ਇਨਸਾਨ ਦੀ ਨਜ਼ਰ ਮਹਿਲ ਮਕਾਨ ਕੁਰਸੀਆਂ ਮੇਜ਼ਾਂ ਸੋਫੇ ਤੇ ਕਾਲੀਨਾਂ ਨੂੰ ਵੇਖ ਸਕਦੀ ਹੈ, ਪਰ ਕਿਸੇ ਦੇ ਦਿਲ 'ਚ ਨਹੀਂ ਵੇਖ ਸਕਦੀ। ਮੈਂ ਨਹੀਂ ਜਾਣਦਾ ਕਿ ਤੁਹਾਡੇ ਦਿਲ 'ਚ ਕੀ ਹੈ, ਪਰ ਤੁਹਾਡੇ ਗਿਆਤ ਬਣ ਕੇ ਇੰਨਾ ਜ਼ਰੂਰ ਕਹਾਂਗਾ ਕਿ ਅਸੀਂ ਬੜੇ ਹੀ ਰੋਏ ਹਾਂ ਸਾਹਿਬ। ਮੇਰੀ ਭੈਣ ਨੂੰ ਹੋਰ ਦੁੱਖ ਦੇ ਕੇ ਸਾਨੂੰ ਹੋਰ ਨਾ ਰਵਾਉਣਾ। ਇਹ ਕਦੀ ਸੋਚਣਾ ਵੀ ਨਾ ਪਾਈ ਜਾਨ,
जांच किन्नी छेती तो छेती लिया सकते हो साहब? जिन्नी छेती तुसी हुकुम करो। बस ठीक है, नहीं कमज देर नहीं करनी चाहिए, कल ही मेरी मां दे बुए ते जांच लेके आ जाना। अगले जमाने लोग जादूगर नहीं थे मारते, उस तोते नु मारते तक जिदे की जान अंदर दी जान ओदी भैण च दौरान मिली। कदरे नु मारना उदो होर भी आसान होवेगा जदों दे मोड़े ते भैण दी टोली होवेगी। कल सिकंदरे दी भैण दा विआह है हाकिम सेठ। गुड, वेरी गुड। जिस कामयाबी ने मिलना होता है ओदा रस्ता मुकद्दर आप पार करते हैं। जाओ जाके शहर दी सारियां दीवारां ते लिख दिओ, इस शहर के लोगों ने शादियां ते लखां वेखियां होणगियां, लेकिन सिकंदरे दी भैण दी शादी यादगार होवेगी। ਸਾਡੇ ਹੱਥਾਂ ਤੇ ਪਤਾ ਨਹੀਂ ਕਦੋਂ ਮਹਿੰਦੀ ਲੱਗੇ। ਪਿਆਰ, ਤੇਰੇ ਹੱਥਾਂ ਤੇ ਮਹਿੰਦੀ ਲਾ ਕੇ ਆਪਣਾ ਚਾਹ ਪੂਰਾ ਕਰ ਲਓ। ਮਹਿੰਦੀ ਰਹਿਣ ਦੇ, ਇਹਨੂੰ ਮਹਿੰਦੀ ਬਾਅਦ ਦੇ ਡੇਰੇ ਤੇ ਲੱਗੇਗੀ। ਮੇਰਾ ਖਿਆਲ ਹੈ ਤੈਨੂੰ ਇਹ ਪਤਾ ਨਹੀਂ ਕਿ ਇਹ ਸਿਕੰਦਰੇ ਦੀ ਭੈਣ ਹੈ। ਹੱਥ ਲਾਵੇ ਮੈਂ ਉਹਨੂੰ ਚੀਰ ਕੇ ਰੱਖ ਦਿਆਂਗੀ। ਦੁਸ਼ਮਣ ਦੀ ਭੈਣ ਭੈਣ ਹੀ ਹੁੰਦੀ ਏ। ਨਹੀਂ 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 ਮਾਂ, ਨਹੀਂ। ਮੈਂ ਤੇ ਦੂਰੋਂ ਭੈਣ ਦੀ ਟੋਲੀ ਜਾਂਦਿਆਂ ਵੇਖ ਕੇ ਰੋ ਲਈ, ਇਧਰੋਂ ਇਕੱਠੇ ਕਰ ਰਿਹਾ ਸਾਂ।
ਸਿਕੰਦਰੇ ਦੀ ਭੈਣ ਏ ਜਿਹਦਾ ਵਿਆਹ ਸੀ। ਸਿਕੰਦਰ ਦੇ ਆਉਣ ਤੱਕ ਇਹਨੂੰ ਇਹੋ ਜਿਹੀ ਵੋਟੀ ਬਣਾਓ, ਇਹੋ ਜਿਹੀ ਵੋਟੀ ਕਿ ਸਿਕੰਦਰ ਆ ਕੇ ਇਹਦਾ ਹਸ਼ਰ ਵੇਖੇ ਤੇ ਉਹ ਪੱਥਰ ਹੋ ਜਾਏ। ਫਿਰ ਮੈਂ ਇੱਕੋ ਹੀ ਸਰਬ ਨਾਲ ਦੁਸ਼ਮਣੀ ਦੇ ਇਸ ਪੁੱਤ ਨੂੰ ਪਾਸ ਪਾਸ ਕਰ ਦਿਆਂਗਾ। ਦਾਸੂ, ਇਹ ਤੇਰੇ ਸੀਨੇ ਦੇ ਨਾਲ ਲੱਗੀ ਏ, ਹੁਣ ਤੂੰ ਇਹਦੀ ਇੱਜ਼ਤ ਦੀ ਖਾਕ ਉਡਾ। ਇਹ ਸਿਕੰਦਰ ਦੀ ਭੈਣੀ ਮਾਂ ਜਾਈ ਹੋਵੇਗੀ ਦੁਸ਼ਮਣ ਦੀ, ਮੇਰੀ ਤੇ ਮੂੰਹ ਬੋਲੀ ਭੈਣੀ ਜਿਹੜੀਆਂ ਅੱਖਾਂ ਨਾਲ ਇਹਨੂੰ ਵੇਖਿਆ ਜੀ, ਜਿਹੜੇ ਪ੍ਰੀਤ ਹੱਥ ਇਹਨੂੰ ਲਾਏ ਜੀ, ਉਹ ਮੈਨੂੰ ਦੇ ਦਿਓ, ਦੇ ਦਿਓ ਮੈਨੂੰ। ਆਪਣੀ ਮਹਿਬੂਬਾ ਦੀ ਜ਼ਿੰਦਗੀ ਚਾਹੁੰਦੇ ਤੇ ਮੂੰਹ ਬੋਲੀ ਭੈਣ ਨੂੰ ਸਾਡੇ ਹਵਾਲੇ ਕਰਦੇ। ਓਏ ਬੇਗੈਰਤੀ ਦੇ ਗੰਦ ਵਿੱਚ ਤੂੰ ਨੱਕ ਨੱਕ ਡੁੱਬਿਆ ਹੋਇਆ, ਮਹਿਬੂਬਾ ਜੱਟੀ ਹੀਰ ਵੀ ਹੋਵੇ ਤੇ ਸਦਕਾ ਹੁੰਦੀ ਏ, ਭੈਣ ਦਾ ਮੁੱਲ ਨਹੀਂ। ਇਹਨੂੰ ਗੋਲੀ ਮਾਰ ਦਿਓ। Please!
ਚਾਹੁੰਦਾ ਚਾਹੁੰਦਾ ਮੇਰੇ ਪੈਸਾਂ ਦਾ ਘਰ ਚੜ ਕੇ ਚੱਲਿਆ ਤੇਰੇ ਨਾਲ ਤੇ ਹਸ਼ਰ ਦੇ ਮੈਦਾਨ ਤੱਕ ਦੁਸ਼ਮਣੀ ਰਹੇਗੀ ਦੁਸ਼ਮਣੀ ਰਹੇਗੀ ਰਹੇਗੀ ਇਹ ਜਾਨ ਇਹ ਜਾਨ ਪੈਰ ਦੇ ਸਿਰ ਤੋਂ ਮਾਰੀ ਪੈਰ ਦੇ ਸਿਰ ਤੋਂ ਮਾਰੀ ਇਹਨਾਂ ਦਾ ਅੰਜਾਮ ਵੇਖ ਕੇ ਅੱਖਾਂ ਮਿੱਟੀ ਕਾਸੂ ਇਹਨਾਂ ਦਾ ਅੰਜਾਮ ਵੇਖ ਕੇ ਅੱਖਾਂ ਮਿੱਟੀ ਨਹੀਂ ਆਖੇਗੀ ਪਰ ਚਾਹੀ ਕੰਜੂਸ ਨੇ ਕੁਝ ਦਿੱਤਾ ਹੀ ਨਹੀਂ ਨਾਲੇ ਬਾਦਰ ਮੈਂ ਆਪਣਾ ਫਰਜ਼ ਪੂਰਾ ਕਰਾਂਗਾ ਕੰਦਰੇ ਕੱਲਿਆਂ ਗੱਡੀ ਨਾ ਚੜੀ ਸੱਜਾ ਟਿਕਟ ਅਸਾਂ ਵੀ ਕਟਾ ਲਈਏ ਵੀਰਾ ਸੀਮਾ ਮਾਈ